ਵਿੱਚ ਨੱਢੀਆਂ ਨਾ ਗੱਡੀਆਂ ਤਾਂ ਜਾ ਕੇ ਖਾੜਿਆਂ ਚ ਪੈਂਦੀਆਂ ਕਬੱਡੀਆਂ। ਇੱਕ ਪਾਸੇ ਹਰਦੇਵ ਫਕਰ ਝੰਡਾ ਪਿੰਡ ਹੈ, ਕੈਨੇਡਾ ਵੀ ਖੇਡਿਆ, ਦੁਬਈ ਨੇ ਸਾਰਿਆਂ ਕਬੱਡੀ ਕੱਪ ਤੇ 2012 ਦੇ ਵਿੱਚ ਬੱਲੇ ਬੱਲੇ ਕਰਵਾਈ ਹੈ ਜਿਸ ਜਾਫੀ ਨੇ। ਲਓ ਦੂਜੇ ਪਾਸੇ ਮੇਰੀ ਵੀਡੀਓ ਢੰਡੋਲੀ ਵਾਲਾ ਕਰਦਾ ਹੋਇਆ ਕੋਸ਼ਿਸ਼, ਨਾਲ ਦੂਜੇ ਰਾਊਂਡ ਦੀਆਂ ਟਾਈਆਂ ਜਿਹੜੀਆਂ ਗਰਾਊਂਡ ਦੇ ਵਿੱਚ ਪੈ ਰਹੀਆਂ ਉਹ ਸਾਰੇ ਵੀਰ ਜਿਹੜੇ ਨੋਟ ਕਰ ਲੈਣਗੇ, ਦੂਜੇ ਰਾਊਂਡ ਦੀਆਂ ਟਾਈਆਂ ਜਿਹੜੀਆਂ ਗਰਾਊਂਡ ਦੇ ਵਿੱਚ ਪੈ ਰਹੀਆਂ। ਕਿਰਨਜੀਤ ਸਿੰਘ, ਮਿੰਟੂ ਬੀਲੇ ਉਹਨਾਂ ਨੂੰ, ਰਿੰਕੂ ਬੀਲੇ ਉਹਨਾਂ ਨੂੰ, ਸਾਰੇ ਵੀਰਾਂ ਨੂੰ, ਸਾਰੇ NRI ਵੀਰਾਂ ਨੂੰ, ਸਮੁੱਚੇ ਨਗਰ ਨੂੰ, ਇਸ ਇਲਾਕੇ ਨੂੰ ਅੱਜ ਦੇ ਇਸ ਕਬੱਡੀ ਕੱਪ ਦੀ ਬਹੁਤ ਵੱਡੀ ਮੁਬਾਰਕਬਾਦ ਹੈ। ਇੱਕ ਇੱਕ ਕਬੱਡੀ ਕਹਿੰਦੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਲੱਖ ਲੱਖ ਦੀ ਪੈਣੀ ਹੈ ਕਿ ਕੋਈ ਮੁੱਲ ਨਹੀਂ ਪੈਂਦਾ ਯਾਰ, ਉਹ ਕਾਰਤੂਸ ਚੱਲੇ ਦਾ ਲੱਖ ਲੱਖ ਦੀ ਕੌਡੀ ਜੱਫਾ ਕੱਲੇ ਕੱਲੇ ਦਾ। ਇੱਧਰ ਕਹਿੰਦੇ ਵੀ ਕਾਲਾ ਟੰਡੋਲੀ ਵੀ ਧਰਤੀ ਦਾ ਕਬੱਡੀ ਪਾ ਰਿਹਾ ਹੈ, ਉੱਧਰ ਦੇਖੋ ਕਾਲੇ ਦਾ ਵੀਰ ਪਾ ਕਬੱਡੀ ਪੁਆਇੰਟ ਦਾ ਵਾਧਾ ਕਰ ਗਿਆ ਆਪਣੀ ਟੀਮ ਦੇ ਲਈ। ਮੇਰੀ ਬੇਨਤੀ ਹੈ ਬਲ ਨੋ ਤੇ ਨਾਲ ਧਾਗਾ, ਦੋਨੇ ਟੀਮਾਂ ਆਪਣੇ ਆਪ ਨੂੰ ਤਿਆਰ ਕਰ ਲੈਣ। ਬਲ ਨੋ ਤੇ ਧਾਗੇ ਦੀਆਂ ਟੀਮਾਂ ਦੇ ਦਰਮਿਆਨ ਮੈਚ ਖੇਡਿਆ ਜਾਣਾ ਹੈ। ਉੱਧਰ ਕਹਿੰਦੇ ਸੰਦੀਪ ਕੋਰੜ ਵਾਲਾ ਸਾਡਾ ਵੀਰ ਕਬੱਡੀ ਦਾ ਉਹ ਮਹਾਨ ਬੁਲਾਰਾ ਕਲਮ ਦਾ ਧਨੀ ਹੈ, ਉਸ ਵੀਰ ਦਾ ਵੀ ਧੰਨਵਾਦ ਹੈ। ਲਓ ਸਾਹਮਣੇ ਢੰਡੋਲੀ ਵਾਲੇ ਵੀ ਕੀਤੀ ਹੋਈ ਟਰਾਈ ਇੱਧਰ ਖੇਡ ਮੈਦਾਨ ਦੇ ਵਿੱਚ, ਸੱਜੇ ਖੱਬੇ ਉੱਤੇ ਥੱਲੇ ਦੇਖੋ ਲੱਗਦਾ ਯੋਰ ਮੇਰੇ ਮਿੱਤਰੋ, ਤੇ ਪੁਆਇੰਟ ਕਹਿੰਦੇ ਰੇਡਰ ਦੇ ਹਿੱਸੇ ਹੈ, ਬਹੁਤ ਤਕੜਾ ਪੁਆਇੰਟ ਉਸ ਵੇਲੇ ਧਾਵੀ ਦੇ ਹਿੱਸੇ ਜੁੜਦਾ ਹੋਇਆ। ਮੈਂ ਵੀ ਕੋਰੜ ਵਾਲਿਆ ਪਾਸਾਂ ਬਾਤ ਕੋਈ ਆ ਗੱਭਰੂ ਦੀ ਮਾਈਕ ਦੇ ਉੱਪਰੋਂ ਬਾਹਰ ਸੋਹਣੇ ਅਮਰੀਕ ਖੋਸੇ ਕੋਟਲੇ ਵਾਲਾ, ਸਾਰੇ ਹੀ ਸੰਧੂ ਬ੍ਰਦਰ ਉਹ ਵੀ ਸਾਡੇ ਵੀਰ ਪੁੱਜੇ ਹੋਏ ਆ, ਜਸਵਿੰਦਰ ਉਹ ਵੀ ਪੁੱਜੇ ਹੋਏ ਆ, ਬਿੰਦਰਜੀਤ ਸਿੰਘ ਜੀ ਗੋਲਡੀ ਸਨਾਮ ਤੋਂ ਬਾਅਦ ਦੀ ਸਤਿਕਾਰਯੋਗ ਸ਼ਖਸੀਅਤ ਨੇ ਉਹਨਾਂ ਦਾ ਜਿਹੜਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ। ਹਰਦੀਪ ਸਿੰਘ ਜੀ ਫੂਲ ਕੈਨੇਡਾ ਤੋਂ ਉਹਨਾਂ ਦਾ ਵੀ ਜਿਹੜਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਹੋ ਰਿਹਾ, ਉਹਨਾਂ ਦਾ ਵੀ ਇਸ ਕਬੱਡੀ ਕੱਪ ਦੇ ਲਈ ਬਹੁਤ ਵੱਡਾ ਸਹਿਯੋਗ ਹੈ, ਸਾਰੇ NRI ਵੀਰਾਂ ਦੇ ਬਹੁਤ ਵੱਡੇ ਸਹਿਯੋਗ ਨੇ। ਕਿਹੜੀ ਟੀਮ ਜਿੱਤੀ ਹੈ ਅਮਰੀਕ, ਕਿਹੜਾ ਅਨਾਊਂਸ ਕਰਦੀ ਵੀਰੇ? ਢੰਡੋਲੀ ਸਾਡਾ ਵੀਰ ਦੱਸਿਆ ਜੀ, ਢੰਡੋਲੀ ਦੀ ਟੀਮ ਜੇਤੂ ਰਹੀ ਹੈ ਨਾ, ਇਤਰਾਜ਼ ਆ ਜੀ ਕਹਿੰਦੇ ਹਲੇ ਥੋੜਾ ਜਿਹਾ ਰੋਕ ਸਕਦੇ ਆ ਦੋਨੇ ਟੀਮਾਂ ਨੂੰ ਇੱਕ ਦੂਜੇ ਤੇ, ਬਾਅਦ ਚ ਫੈਸਲੇ ਜਿਹੜੇ ਹੋ ਜਾਣਗੇ। ਉੱਧਰ 15 ਤੇ 16 ਤਰੀਕ ਰੌਣਕ ਹੈ, ਕਹਿੰਦੇ ਥਰੀਕੇ ਪਿੰਡ ਦੇ ਵਿੱਚ ਲੱਗਣਗੀ ਹੈ, 71 ਪਰਾਈਆਂ ਨਾਲ ਮੋਟਰਸਾਈਕਲ ਦਿੱਤੇ ਜਾਣਗੇ। ਮੈਚ ਸ਼ੁਰੂ ਕਰ ਦਿੱਤਾ ਜਾਵੇ। ਮਨਜਿੰਦਰ ਆਸਟ੍ਰੇਲੀਆ, ਉਹ ਵੀਰ ਕਿਰਪਾ ਕਰਕੇ ਆਪਣਾ ਸਨਮਾਨ ਲੈ ਲੈਣਾ, ਗਰਾਊਂਡ ਦੇ ਵਿੱਚ ਆ ਜਾਣਗੇ ਮਨਜਿੰਦਰ ਆਸਟ੍ਰੇਲੀਆ। ਬਹੁਤ ਬਹੁਤ ਧੰਨਵਾਦ, ਬਹੁਤ ਦੂਰੋਂ ਨੇੜੇ ਸੰਗਤ ਅੱਜ ਦੇ ਇਸ ਕਬੱਡੀ ਕੱਪ ਤੇ ਪੁੱਜੀ ਹੈ, ਰੰਗ ਬਿਰੰਗੀਆਂ ਜਸਤਾਰਾਂ ਸਜਾ ਕੇ, ਰੰਗ ਬਿਰੰਗੀਆਂ ਪੁਸ਼ਾਕਾਂ ਪਾ ਕੇ ਖੇਡ ਗਰਾਊਂਡ ਦੇ ਦੁਆਲੇ ਜੁੜ ਬੈਠੇ। ਸੋਹਣ ਰੁੜਕੀ ਵਾਲਾ ਬਲ ਨਾਉਂ ਦੀ ਟੀਮ ਚ ਪਲੀਜ਼ ਜਲਦੀ ਪਹੁੰਚ ਜੇ ਸੋਹਣ ਰੁੜਕੀ ਵਾਲਾ। ਲਓ ਦਿੜਬੇ ਵਾਲਾ ਕਬੱਡੀ ਦਾ ਪ੍ਰਿੰਸ ਪੁੱਜੇ, ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰਦੇ ਮੇਰੇ ਵੀਰੋ। ਇਹ ਹੈ ਕਬੱਡੀ ਦੇ ਬਟੇ ਕੱਢ ਜਾਫੀ, ਦੁਨੀਆਂ ਦੇ ਮਹਾਰਥੀ, ਦੁਨੀਆਂ ਦੇ ਮਹਾਨ ਖਿਡਾਰੀ ਅੱਜ ਦੇ ਇਸ ਕਬੱਡੀ ਕੱਪ ਤੇ ਪੁੱਜੇ ਹੈ। ਦਰਸ਼ਕ ਵੀਰ ਵੀ ਬਹੁਤ ਦੂਰੋਂ ਨੇੜੇ ਪੁੱਜੇ ਹੋਏ, ਬਹੁਤ ਸਾਬਰੇ ਨੇ, ਖੇਡ ਗਰਾਊਂਡ ਦੇ ਦੁਆਲੇ ਜੁੜ ਬੈਠੇ। ਲਓ ਫੋਟੋਆਂ ਖਿੱਚੀਆਂ ਜਾ ਰਹੀਆਂ ਕਬੱਡੀ365.com ਦੇ ਜ਼ਰੀਏ, ਮੇਰੇ ਵੀਰ ਜਿਹੜੇ ਇਹਨਾਂ ਮੈਚਾਂ ਦਾ ਆਨੰਦ ਮਾਣ ਰਹੇ ਹੈ। ਉੱਧਰ ਮਨਜਿੰਦਰ ਸਿੰਘ ਜੀ ਆਸਟ੍ਰੇਲੀਆ, ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਮਨਜਿੰਦਰ ਸਿੰਘ ਜੀ ਆਸਟ੍ਰੇਲੀਆ ਹੈ, ਜਿਹਨਾਂ ਦੇ ਵੱਡੇ ਸਹਿਯੋਗ ਹੈ ਇਹ ਕਬੱਡੀ ਦੇ ਮਹਾਂਕੁੰਭ ਦੇ ਲਈ, ਉਹਨਾਂ ਦਾ ਮਾਣ ਸਨਮਾਨ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਪ੍ਰਬੰਧਕ ਵੀਰਾਂ ਦੀ ਤਰਫੋਂ।
ਮਨਜਿੰਦਰ ਸਿੰਘ ਜੀ ਆਸਟ੍ਰੇਲੀਆ ਹੈ, ਉੱਧਰ ਕਹਿੰਦੇ ਉੱਡਣਾ ਕਾਲੇ ਸੰਘਿਆ ਵਾਲਾ ਬਾਲਣਾ ਦੀ ਟੀਮ ਦੇ ਨਾਲ ਪੁੱਜ ਗਿਆ ਹੈ, ਉਸ ਵੀਰ ਦਾ ਧੰਨਵਾਦ ਹੈ। ਰੁੜਕੀ ਵਾਲੇ ਸੋਹਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ, ਅਤੇ ਇੱਧਰ ਕਹਿੰਦੇ ਮਨਜਿੰਦਰ ਸਿੰਘ ਜੀ ਆਸਟ੍ਰੇਲੀਆ, ਉਹਨਾਂ ਦਾ ਸਨਮਾਨ ਵੱਡੇ ਪੱਧਰ 'ਤੇ ਪ੍ਰਬੰਧਕ ਵੀਰਾਂ ਵੱਲੋਂ, ਮਿੰਟੂ ਸਰਪੰਚ ਹੋਣੀ, ਕਾਕਾ ਪ੍ਰਧਾਨ ਜੀ, ਪੂਰੀ ਪ੍ਰਬੰਧਕ ਕਮੇਟੀ ਅੱਜ ਖੁਸ਼ ਹੈ, ਧਰਤੀ 'ਤੇ ਪੈਰ ਨਹੀਂ ਲੱਗਦਾ ਹੈ। ਲਓ ਦੀਪਾ ਬੱਲਾਂ ਵਾਲਾ ਕਬੱਡੀ ਪਾਉਣ ਦੇ ਲਈ ਪੜਿਆ ਹੋਇਆ, ਇੱਧਰ ਕਹਿੰਦੇ ਚਾਰ ਜਾਫੀ ਆ ਫਾਜ਼ਿਲਕਾ ਦੀ ਟੀਮ ਦੇ, ਘਾਗਾ ਪਿੰਡ ਹੈ ਮੁੰਡਿਆਂ ਦਾ, ਪਰ ਕਹਿੰਦੇ ਦੀਪੇ ਦਾ ਬਾਲਣਾ ਪਿੰਡ ਹੈ। ਲਓ ਦੀਪੇ ਦੀ ਪਾਈ ਕਬੱਡੀ 'ਤੇ ਚਾਰ ਜਾਫੀ, ਲਓ ਪਹਿਲੀ ਕਬੱਡੀ 'ਤੇ ਬੜਿੰਗ ਵੱਲ ਪੈ ਗਿਆ ਕਿ ਵਾਲੀ ਤਕਦੀਰੇ ਬੀਜੀਆਂ ਭਿੰਡੀਆਂ 'ਤੇ ਉੱਗੇ ਖੀਰੇ ਖੀਰੇ। ਵਾਕਈ ਕਹਿੰਦੇ ਨੇ ਘਾਗਾ ਪਿੰਡ ਹੈ, ਸਰਦਾਰ ਚੰਨਣ ਸਿੰਘ ਜੀ ਘਾਗੇ ਵਾਲੇ ਦੇ ਪੋਤਰੇ ਨੇ ਜੱਫਾ ਲਾ ਦਿੱਤਾ। ਘਾਗਾ ਇਕੱਲਾ ਪਿੰਡ ਹੈ ਮੁਕਤਸਰ ਤੋਂ ਜਲਾਲਾਬਾਦ ਰੋਡ ਦੇ ਉੱਤੇ, ਪਹਿਲਾ ਪਿੰਡ ਜ਼ਿਲ੍ਹੇ ਫਾਜ਼ਿਲਕੇ ਦਾ। ਮਾਈਕ 'ਤੇ ਸੰਦੀਪ ਕੁਰੜ, ਬਾਹਰ ਸੁਣੇ ਬਿੰਦੂ, ਲੈ ਬਿੰਦੂ ਦੀ ਪਈ ਹੋਈ ਕਬੱਡੀ, ਘਾਗੇ ਵਾਲੇ ਬਿੰਦੂ ਦੀ ਪਈ ਹੋਈ ਕਬੱਡੀ, ਤੇ ਬਾਲਣ ਵਾਲਾ ਜਾਫੀ ਮੇਰੇ ਵੀਰੇ ਇਸ ਵੇਲੇ ਬਹੁਤ ਹੀ ਸ਼ਾਨਦਾਰ ਕੋਸ਼ਿਸ਼ ਕਰਦਾ ਹੋਇਆ। ਲਓ ਬਹੁਤ ਹੀ ਸ਼ਾਨਦਾਰ ਚੱਲਦਾ ਹੋਇਆ ਮੈਚ, ਤੇ ਪੁਆਇੰਟ ਜਿਹੜਾ ਬਿੰਦੂ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਸਰਦਾਰ ਅਮਰਜੀਤ ਸਿੰਘ ਜੀ ਨੈਣੇਵਾਲ ਤੋਂ ਉਹ ਕਿਰਪਾ ਕਰਕੇ ਆਪਣਾ ਸਨਮਾਨ ਚਿੰਨ੍ਹ ਪ੍ਰਾਪਤ ਕਰਨਗੇ। ਸਰਦਾਰ ਅਮਰਜੀਤ ਸਿੰਘ ਜੀ ਨੈਣੇਵਾਲ ਤੋਂ ਉਹਨਾਂ ਨੂੰ ਬੇਨਤੀ ਵੀ ਆਪਣਾ ਸਨਮਾਨ ਚਿੰਨ੍ਹ ਪ੍ਰਾਪਤ ਕਰਨਗੇ। ਬਹੁਤ ਹੀ ਪਿਆਰੀ ਸ਼ਖਸੀਅਤ ਹੈ ਸਰਦਾਰ ਅਮਰਜੀਤ ਸਿੰਘ ਜੀ ਨੈਣੇਵਾਲ, ਉਹਨਾਂ ਦਾ ਵੱਡੇ ਪੱਧਰ 'ਤੇ ਸਨਮਾਨ ਇੱਧਰ ਕੀਤਾ ਜਾ ਰਿਹਾ ਹੈ। ਲਓ ਸਾਹਮਣੇ ਕਹਿੰਦੇ ਸੋਨੂ ਕਬੱਡੀ ਪਾ ਰਿਹਾ ਮੇਰੇ ਮਿੱਤਰੋ, ਬਹੁਤ ਸੋਹਣਿਆ ਸੋਨੀ ਘਾਗੇ ਵਾਲਾ ਮੇਰੇ ਵੀਰੋ ਇਸ ਵੇਲੇ ਕੋਈ ਸ਼ਾਨਦਾਰ ਜਫੇ ਦੀ ਕੋਸ਼ਿਸ਼ ਕਰਦਾ। ਚੱਲ ਵੀ ਪੰਮੇ ਪਾ ਕਬੱਡੀ ਨੌਜਵਾਨ, ਕਿ ਚੱਕੀ ਦੇ ਪੁੜ ਵਰਗੀ ਛਾਤੀ ਜਿਗਰੇ ਗਾਰਡਨ ਨੇ, ਜੂਝ ਜੂਝ ਕੇ ਹੰਧਿਆਂ ਦਾ ਟੱਚ ਕਰਦੇ ਬਾਰਡਰ ਨੇ। ਕਹਿੰਦੇ ਮਹਿਲ ਕਲਾਂ ਵਾਲੇ ਹਰਮਨ ਨੂੰ ਵੀ ਇਸ ਵਾਰੀ ਮੇਰੇ ਪੰਜਾਬੀ ਵੀਰੋ ਰੂਮੀ ਦੇ ਕਬੱਡੀ ਕੱਪ ਤੇ ਸੋਹਣ ਸਿੰਘ ਜੀ ਤੇ ਮੋਹਨ ਸਿੰਘ ਜੀ ਨੇ ਮੇਰੇ ਵੀਰੋ ਗੱਡੀ ਦੇ ਨਾਲ ਮਾਨ ਸਨਮਾਨ ਦੇਣੇ ਹੈ। ਲਓ ਇੱਧਰਲੇ ਪਾਸੇ ਬੱਲ ਲਓ ਦੀ ਧਰਤੀ ਦਾ ਖੇਡ ਮੈਦਾਨ ਦੇ ਵਿੱਚ ਲਾਉਂਦਾ ਹੋਇਆ ਜੱਫਾ ਅਮਰੀਕ ਸਿੰਘ ਜੀ, ਸਾਡੇ ਸਤਿਕਾਰਯੋਗ ਵੀ ਸਨਮਾਨ ਚਿੰਨ੍ਹ ਪ੍ਰਾਪਤ ਕਰਨਗੇ। ਅਮਰੀਕ ਸਿੰਘ ਜੀ, ਅਮਰੀਕ ਸਿੰਘ ਜੀ ਸਾਡੇ ਨਾਲ ਟੀਮਾਂ, ਅਮਰੀਕ ਵੀਰੇ ਰੱਖਿਆ ਕਰੀ। ਲਓ ਖੇਡ ਮੈਦਾਨ ਦੇ ਵਿੱਚ ਦੀਪਾ ਬਾਲਣਾ ਦੀ ਧਰਤੀ ਦਾ ਮੇਰੇ ਵੀਰੋ ਪਾਉਂਦਾ ਹੋਇਆ ਕਬੱਡੀ। ਕਬੱਡੀ 365.com ਦੇ ਜ਼ਰੀਏ ਪੂਰੀ ਦੁਨੀਆ ਆਨੰਦ ਮਾਣ ਰਹੀ ਹੈ ਦੀਪੇ ਦੀ ਪਈ ਹੋਈ ਕਬੱਡੀ। ਕਹਿੰਦੇ 125 ਸਾਲ ਉਮਰ ਰਹੀ ਹੈ ਬਾਬਾ ਬੁੱਢਾ ਜੀ ਦੀ, ਤੇ 113 ਸਾਲ ਮੇਰੇ ਵੀਰੋ ਸਿੱਖੀ ਜਿਹੜੀ ਕਮਾਈ ਹੈ ਉਹਨਾਂ ਸ਼ਖਸੀਅਤਾਂ ਦੇ ਨਾਂ ਦੇ ਨਾਲ ਜੁੜਿਆ ਹੋਇਆ ਖੇਡ ਮੇਲਾ ਹੈ, ਜਿਨ੍ਹਾਂ ਨੇ ਗੁਰਬਾਣੀ ਦਾ ਆਨੰਦ ਵੀ ਮਾਣਿਆ ਹੈ, ਜਿਨ੍ਹਾਂ ਨੇ ਯੁੱਧਾਂ ਦੇ ਯੁੱਗ ਵੀ ਵੇਖੇ ਹੈ। ਬਾਬਾ ਬੁੱਢਾ ਜੀ ਸਪੋਰਟਸ ਕਲੱਬ ਮੇਰੇ ਵੀਰੋ ਸਾਰੀ ਸੰਗਤ ਨੂੰ ਜੀਆਂ ਨੂੰ ਆਖ ਰਹੀ ਹੈ। ਲਓ ਖੇਡ ਮੈਦਾਨ ਦੇ ਵਿੱਚ ਪੰਮੇ ਦੀ ਪਈ ਹੋਈ ਕਬੱਡੀ, ਇੱਕ ਇੱਕ ਕਬੱਡੀ ਕਹਿੰਦੇ ਲੱਖ ਲੱਖ ਦੀ ਖੇਡ ਮੈਦਾਨ ਦੇ ਵਿੱਚ ਪੈ ਰਹੀ ਹੈ। ਜਿਹੜੇ ਵੀਰ ਚੱਲਦੇ ਹੋਏ ਮੈਚਾਂ ਦਾ ਆਨੰਦ ਮਾਣ ਰਹੇ ਹੈ ਉਹਨਾਂ ਦਾ ਵੀ ਬਹੁਤ ਵੱਡਾ ਧੰਨਵਾਦ ਹੈ। ਲਓ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਬਾਲਣਾ ਵਾਲਾ ਕੋਸ਼ਿਸ਼ ਕਰਦਾ ਪੁਆਇੰਟ ਜਿਹੜਾ ਧਾਰੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਏ ਹੈ। ਉੱਧਰ ਸੋਨੂ ਕਬੱਡੀ ਪਾ ਰਹੇ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ, ਆਪਾਂ ਦੇਖਦੇ ਹਾਂ ਵੀ ਸੋਨੂ ਦੀ ਪਾਈ ਕਬੱਡੀ ਦੇ ਚਾਰ ਜਾਫੀਆਂ ਦੇ ਵਿੱਚੋਂ ਕੌਣ ਕਰੂ ਟਰਾਈ। ਇੱਕ ਪਾਸੇ ਕਹਿੰਦੇ ਫਾਜ਼ਿਲਕਾ ਦੇ ਘਾਗੇ ਪਿੰਡ ਦੀ ਟੀਮ ਹੈ, ਬਾਕੀ ਕਹਿੰਦੇ ਸਿਰੇ ਦੇ ਜਿਹੜੇ ਮੈਚ ਖੇਡੇ ਜਾ ਰਹੇ ਗਰਾਊਂਡ ਦੇ ਵਿੱਚ। ਉੱਧਰ ਡਾਕਟਰ ਹਰਜੋਤ ਕਮਲ ਹੋਣੀ ਬੜੀ ਪਿਆਰੀ ਸ਼ਖਸੀਅਤ ਵਿਸ਼ੇਸ਼ ਤੌਰ 'ਤੇ ਪੁੱਜੀ ਹੈ। ਉੱਧਰ ਕਹਿੰਦੇ ਮਾਸਟਰ ਭਦੌੜ ਉਹਨਾਂ ਦੀ ਸਾਊਂਡ ਜਿਹੜੀ ਕਹਿੰਦੇ ਬਰਨਾਲੇ ਦੀਆਂ ਗਲੀਆਂ 'ਚ ਵੱਜ ਵੱਜ ਮੁੜਦੀ ਹੈ, ਉਹਨਾਂ ਦਾ ਵੀ ਧੰਨਵਾਦ ਹੈ। ਇੱਧਰ ਕਹਿੰਦੇ ਭਲਵਾਨ ਦੀ ਕਬੱਡੀ ਹੈ ਚਾਰ ਜਾਫੀ, ਇੱਕ ਪਾਸੇ ਕਹਿੰਦੇ ਮਨਜਿੰਦਰ ਸਿੰਘ ਉੱਡਣਾ ਕਾਲੇ ਸੰਘਿਆਂ ਵਾਲਾ ਹੈ, ਚੌਦੇ ਵਿੱਚੋਂ ਦੇਖੋ ਪੱਲੇ 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 ਪੱਲੇ। ਲਓ ਸਾਹਮਣੇ
ਸਵਾਦ ਕਬੱਡੀ ਦਾ ਤੇ ਕਹਿੰਦੇ ਭਲਵਾਨ ਭੱਜ ਆਉਂਦਾ ਕਬੱਡੀ ਦੀਪੇ ਦੀ ਖੇਡ ਮੈਦਾਨ ਦੇ ਵਿੱਚ। ਦੀਪਾ ਦੇ ਮੰਨਾ ਕਹਿੰਦੇ ਦੋ ਭਰਾ ਕਬੱਡੀ ਖੇਡਦੇ ਆ, ਲੈ ਵੀ ਸੰਦੀਪ ਪਾਸਾ ਪਾਤ ਕੁਆ ਗੱਭਰੂ ਦੀ ਬਾਹਰ ਸੋਹਣੇ ਲਓ ਖੇਡ ਮੈਦਾਨ ਦੇ ਵਿੱਚ ਬਾਲਣ ਵਾਲਾ ਦੀਪਾ ਮੇਰੇ ਵੀਰੇ ਹੋਏ ਕਬੱਡੀ ਕਿ ਹੁਣ ਸੁਖਰਾਜ ਨੇ ਤੇਰਾ ਹਰ ਇੱਕ ਸ਼ੌਕ ਪਕਾ ਦੇਣਾ ਕਿ ਨਵੀਂ ਕੋਠੀ ਵਿੱਚ ਏਸੀ ਤੈਨੂੰ ਫਿੱਟ ਕਰਵਾ ਦੇਣਾ ਕਿ ਸੁਖੀ ਰਹਿਣ ਲਈ ਥੋੜਾ ਬਹੁਤਾ ਸਹਾਵਨਾ ਕੱਲੀ ਦਾ ਕਿ ਨਾ ਡਗਿਆਰਾ ਖਰਚਾ ਜਿੰਨਾ ਖਰਚਾ ਨੀ ਤੇਰਾ ਖਰਚਾ ਕੱਲੀ ਦਾ, ਨਾ ਡਗਿਆਰਾ ਜਿੰਨਾ ਨੀ ਤੇਰਾ ਖਰਚਾ ਕੱਲੀ ਦਾ ਦੋ ਨਾ ਡਗਿਆਰਾ। ਵੈਸੇ ਟਰੈਕਟਰਾਂ ਦਾ ਟ੍ਰੈਂਡ ਹੁਣ ਥੋੜਾ ਜਿਹਾ ਖਤਮ ਹੋ ਗਿਆ ਸੀ ਪਰ ਕਬੱਡੀ ਦੀ ਬਦੌਲਤ ਹੁਣ ਮੇਰੇ ਵੀਰੋ ਇੱਕ ਵਾਰੀ ਫੇਰ ਕਬੱਡੀ ਦੀ ਦੁਨੀਆਂ ਦੇ ਵਿੱਚ ਛਾਏ ਹੈ। ਕਹਿੰਦੇ ਬੈਸਟ ਵੇਟਰ ਤੇ ਜਾਫੀ ਨੂੰ 9-11 ਦੇਣੇ ਹੈ। ਲੋ ਖੇਡ ਮੈਦਾਨ ਦੇ ਵਿੱਚ ਇੱਧਰਲੇ ਪਾਸੇ ਮੇਰੇ ਵੀਰੋ ਬਾਲਨੋ ਦੀ ਧਰਤੀ ਦਾ ਨਾਉਯੋਨ ਇਸ ਵੇਲੇ ਇੱਕ ਸ਼ਾਨਦਾਰ ਜੱਫਾ ਜੋੜਨ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਸਮੁੱਚੇ ਨਗਰ ਨੂੰ ਤੇ ਇਸ ਇਲਾਕੇ ਨੂੰ ਵੀ ਬਹੁਤ ਵੱਡੀ ਮੁਬਾਰਕਬਾਦ ਹੈ। ਲਓ ਇੱਕ ਸ਼ਾਨਦਾਰ ਜੱਫਾ ਬਾਲਨੋ ਵਾਲਾ ਆਪਣੀ ਟੀਮ ਦੇ ਲਈ ਜੋੜਦਾ ਹੋਇਆ। ਚੱਲ ਵੀ ਸੋਹਣਿਆ ਪਾ ਕਬੱਡੀ ਨਾਉਯੋਨ ਅਮਰੀਕ ਅਗਲੀਆਂ ਟੀਮਾਂ ਪਲੀਜ਼ ਅਨਾਊਂਸ ਕਰ ਦੀ ਬੇਨਤੀ ਹੈ ਕਿਰਪਾ ਕਰਕੇ ਬੇਲੜਾ ਦੇ ਡਾਲਾ ਦੋਨੇ ਟੀਮਾਂ ਆਪਣੇ ਆਪ ਨੂੰ ਤਿਆਰ ਕਰਨਗੀ ਅਗਲੇ ਮੈਚਾਂ ਦੇ ਲਈ। ਬੇਲੜਾ ਦੇ ਡਾਲਾ ਦੋਨੇ ਟੀਮਾਂ ਦਾ ਮਾਣ ਸਰਵਾਲ ਲਓ ਸਾਹਮਣੇ ਦੇਖੋ ਇੱਧਰ ਪਾਈ ਕਬੱਡੀ ਲਓ ਸਰਦਾਰ ਕਰਦਾ ਟਰਾਈ ਮੇਰੇ ਮਿੱਤਰੋਂ ਲੱਗਦਾ ਜ਼ੋਰ ਇਹ ਕਹਿੰਦੇ ਮੰਨੇ ਦਾ ਵੀਰ ਹੈ ਅੱਜ ਜਿਵੇਂ ਮਿੰਟੂ ਸਰਪੰਚ ਹੋਣੀ ਕਹਿੰਦੇ ਆ ਵੀ ਧਰੂ ਦੌਦਰ ਲੈਂਬਰ ਸਿੱਧਵਾ ਹੈ ਜਿਨ੍ਹਾਂ ਨੇ ਕਹਿੰਦੇ ਗਹਿ ਗੱਡ ਨੇ ਸਹਿਯੋਗ ਹੈ ਗਹਿ ਗੱਡ ਨੇ ਸਹਿਯੋਗ ਹੈ ਕਬੱਡੀ ਇਸ ਵੱਡੇ ਟੂਰਨਾਮੈਂਟ ਦੇ ਲਈ। ਕਹਿੰਦੇ ਵੱਡੇ 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 ਮਾਨ ਸਨਮਾਨ ਉਧਰ ਕਹਿੰਦੇ ਮਿੱਤਰਾਂ ਨੂੰ ਦਿੱਤੇ ਗਏ ਹੈ ਪਰ ਆਹ ਦੇਖੋ ਚਾਰ ਜਾਫੀ ਹੈ ਚੌਂ ਦੇ ਵਿੱਚੋਂ ਕੌਣ ਕਰੂ ਟਰਾਈ ਕੌਣ ਲਾਊ ਜੱਫਾ ਕੌਣ ਕਰਵਾਊ ਬੱਲੇ ਬੱਲੇ ਉਧਰ ਦੇਖੋ ਸਾਹਮਣੇ ਸਵਾਦ ਕਬੱਡੀ ਦਾ ਇੱਧਰ ਲਓ ਕੀਤੀ ਟਰਾਈ ਕੀਤੀ ਟਰਾਈ ਕੀਤੀ ਟਰਾਈ ਭੱਜਾ ਪੰਪ ਕਰਾਤੀ ਬੱਲੇ ਬੱਲੇ ਇਹ ਆ ਕਹਿੰਦੇ ਉੱਡਣਾ ਕਾਲੇ ਸਿੰਘਿਆਂ ਵਾਲਾ ਹੈ ਉੱਡਣਾ ਕਾਲੇ ਸਿੰਘਿਆਂ ਵਾਲਾ। ਲਓ ਮੈਂ ਜਿਹੜਾ ਸਮਾਪਤ ਹਾਂਜੀ ਚੱਲਦੇ ਹੋਏ ਮੈਚ ਦੇ ਵਿੱਚੋਂ ਬਾਲਨੋ ਦੀ ਟੀਮ ਜਿਹੜੀ ਜੇਤੂ ਰਹੀ ਹੈ ਇਹ ਖੇਡ ਪ੍ਰੇਮੀ ਤੇ ਪ੍ਰਬੰਧਕ ਵੀਰ ਜਿਹੜੇ ਨੋਟ ਕਰ ਲੈਣਗੇ ਬਾਲਨੋ ਦੀ ਟੀਮ ਜਿਹੜੀ ਜੇਤੂ ਹੈ ਅਗਲੇ ਮੈਚ ਦੀਆਂ ਟੀਮਾਂ ਕਿਰਪਾ ਕਰਕੇ ਲਾਈਨ ਤੇ ਆ ਜਾਣਗੀਆਂ। ਖੇਲੜਾ ਤੇ ਡਾਲਾ ਦੋਨੇ ਟੀਮਾਂ ਸੰਦੀਪ ਆਪਾਂ ਲਾਈਨਅਪ ਕਰ ਰਹੀ ਹੈ ਕਿਉਂਕਿ ਸਰਦਾਰ ਬਿੰਦਰਜੀਤ ਸਿੰਘ ਜੀ ਗੋਲਡੀ ਬਹੁਤ ਹੀ ਪਿਆਰੀ ਸ਼ਖਸੀਅਤ ਆਪਣੇ ਕੋਲ ਪੁੱਜੀ ਹੈ ਉਹ ਜਾਣ ਪਹਿਚਾਣ ਕਰਨਗੇ ਟੀਮਾਂ ਦੇ ਨਾਲ। ਸਰਦਾਰ ਬਿੰਦਰਜੀਤ ਸਿੰਘ ਜੀ ਗੋਲਡੀ ਸਾਹਿਬ ਬੜੀ ਪਿਆਰੀ ਸ਼ਖਸੀਅਤ ਉੱਥੇ ਵੱਡਾ ਧੰਨਵਾਦ ਡਾਕਟਰ ਹਰਜੋਤ ਕਮਲ ਜੀ। ਹਾਂਜੀ ਲਾਈਨਅਪ ਹੋ ਜਾਓ ਦੋਨੇ ਟੀਮਾਂ ਨੂੰ ਬੇਨਤੀ ਹੈ ਕਿਰਪਾ ਕਰਕੇ ਲਾਈਨ ਅਪ ਹੋ ਜਾਣਗੀਆਂ। ਸਰਦਾਰ ਰਵਿੰਦਰਜੀਤ ਸਿੰਘ ਜੀ ਗੋਲਡੀ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਨਾਲ ਕਿਰਨਜੀਤ ਸਿੰਘ ਜੀ ਮਿੰਟੂ ਸਰਪੰਚ ਕਾਕੇ ਪ੍ਰਧਾਨ ਹੋਰੀ ਇਹਨਾਂ ਖਿਡਾਰੀਆਂ ਦੇ ਨਾਲ ਮੇਰੇ ਵੀਰੋ ਜਾਣ ਪਹਿਚਾਣ ਕਰਨ ਦੇ ਲਈ ਖੇਡ ਮੈਦਾਨ ਦੇ ਵਿੱਚ ਪੁੱਜੇ ਹੋਏ ਹੈ। ਜਿੰਨੀਆਂ ਵੀ ਸਤਿਕਾਰਯੋਗ ਸ਼ਖਸੀਅਤ ਅੱਜ ਨੇ ਇਸ ਕਬੱਡੀ ਕੱਪ ਤੇ ਪੁੱਜੀਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਉੱਧਰ ਨਾਲ ਹੀ ਡਾਕਟਰ ਹਰਜੋਤ ਕਮਲ ਜੀ ਕਿਰਪਾ ਕਰਕੇ ਉਹ ਵੀ ਆਉਣਗੇ ਗਰਾਊਂਡਾਂ ਵਾਲੇ ਪਾਸੇ ਟੀਮਾਂ ਦੇ ਨਾਲ ਜਾਣ ਪਹਿਚਾਣ ਹੋਵੇਗੀ। ਡਾਕਟਰ ਹਰਜੋਤ ਕਮਲ ਜੀ ਕਹਿੰਦੇ ਕਾਂਗਰਸ ਦੇ ਥੰਮ ਦੇ ਤੌਰ ਤੇ ਜਾਣੇ ਜਾਂਦੇ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਉਹਨਾਂ ਦਾ। ਉੱਧਰ ਕਹਿੰਦੇ ਮਿੰਟੂ ਸਰਪੰਚ ਹੋਣੀ ਬਾਈ ਕਾਕੇ ਪ੍ਰਧਾਨ ਹੋਣੀ ਪੂਰੀ ਪ੍ਰਬੰਧਕ ਕਮੇਟੀ ਖੁਸ਼ ਹੈ ਵੀ ਸਵਾਦ ਵੱਜਾ ਪਿਆ ਹੈ ਡੀਲੇ ਦੇ ਵਿੱਚ ਰੌਣਕਾਂ ਲੱਗੀਆਂ ਹੈ। ਉੱਧਰ ਕਹਿੰਦੇ ਸਰਦਾਰ ਮੇਜਰ ਸਿੰਘ ਭਲੂਰ ਹੋਣੀ ਜਲੰਧਰ ਸਿੰਘ ਸਿੱਧੂ ਹੋਣੀ ਬੈਠੇ ਹੋਣਗੇ ਆਪਣੇ ਮਿੱਤਰਾਂ ਦੇ ਨਾਲ। ਹੈਲੋ ਡਾਕਟਰ ਹਰਜੋਤ ਕਮਲ ਜੀ ਉਹ ਵੀ ਅੱਜ ਦੇ ਇਸ ਕਬੱਡੀ ਕੱਪ ਤੇ ਪੁੱਜੇ ਹੈ ਉਹਨਾਂ ਨੂੰ ਬੇਨਤੀ ਹੈ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਆ ਜਾਣ। ਡਾਕਟਰ ਹਰਜੋਤ ਕਮਲ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਦੁਨੀਆਂ ਦੇ ਮਹਾਨ ਖਿਡਾਰੀ ਪੁੱਜੇ ਬੀਲੇ ਦੀ ਧਰਤੀ ਜਰਰਾ ਜਰਰਾ ਪਵਿੱਤਰ ਹੈ
ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਡਾਕਟਰ ਹਰਜੋਤ ਕਮਲ ਜੀ ਉਹਨਾਂ ਨੂੰ ਬੇਨਤੀ ਹੈ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਪੁੱਜਣ। ਤਰਸੇਮ ਸਿੰਘ ਜੀ ਚੰਨਣਵਾਲ ਜਿਨ੍ਹਾਂ ਨੇ ਅਜੀਤ ਦੇ ਪੰਨਿਆਂ ਤੇ ਗੱਲ ਕਰਨੀ, ਅੱਜ ਇਸ ਕਬੱਡੀ ਕੱਪ ਨੂੰ ਪੁੱਜੇ ਹੋਏ ਹੈ। ਹਾਂਜੀ, ਜਿਹੜੇ ਅਗਲੇ ਰਾਊਂਡ ਦੀਆਂ ਟਾਈਆਂ ਦੇ ਮੈਚ ਪਹਿਲੇ ਪੰਜ ਬੋਲਣ ਲੱਗੇ ਆ ਸੀ, ਕੌਕੇ ਤੇ ਬਰਡਵਾਲ, ਕੌਕੇ ਤੇ ਬਰਡਵਾਲ, ਕੋਲਡ ਛਾਪਾ ਤੇ ਧਾਲੀਵਾਲ ਵੇਟ, ਮਾਣੂਕੇ ਤੇ ਮੱਲੜੀ ਹਰਿਆਣਾ, ਦਿੜਬਾ ਏ ਤੇ ਬਧਾਤੇ, ਜੋਧਪੁਰ ਚੀਮੇ ਤੇ ਸੁਰਖਪੁਰ। ਇਹ ਟੀਮਾਂ ਪੰਜ ਮੈਚ ਅਸੀਂ ਬੋਲਤੇ। ਮਾਣੂਕੇ ਇੱਕ ਤਾਂ ਇਕੱਲੇ ਮਾਣੂਕੇ ਆ, ਇੱਕ ਮਾਣੂਕੇ ਗਿੱਲ ਦਾ ਮੈਚ ਆ ਜਿਹੜਾ, ਹਾਂਜੀ ਲੋਹਗੜ੍ਹ ਆ, ਉਹ ਗਰਾਊਂਡ 'ਚ ਵੀ ਪਹੁੰਚਦੀਆਂ ਕਰ ਦਿਓ ਜੀ, ਆ ਗਈਆਂ ਜੀ। ਹਾਂਜੀ, ਦੂਜੇ ਰਾਊਂਡ ਦੇ ਜਿਹੜੇ ਪੰਜ ਮੈਚ ਹੋਣੇ ਆ, ਕੌਂਕੇ ਵਰਸਿਜ ਬਰਡਵਾਲ, ਕੁਰੜ ਛਾਪਾ ਵਰਸਿਜ ਧਾਲੀਵਾਲ ਬੇਟ, ਮਾਣੂਕੇ ਵਰਸਿਜ ਮੱਲੜੀ ਹਰਿਆਣਾ, ਦਿੜਬਾ ਏ ਵਰਸਿਜ ਬਧਾਤੇ, ਜੋਧਪੁਰ ਚੀਮਾ ਵਰਸਿਜ ਸੁਰਖਪੁਰ। ਇਹ ਟੀਮਾਂ ਦੇ ਜਿਹੜੇ ਸੈਕਿੰਡ ਰਾਊਂਡ ਦੇ ਪਹਿਲੇ ਪੰਜ ਮੈਚਾਂ ਦੀ ਇਹ ਲਿਸਟ ਹੈ, ਕਿਰਪਾ ਕਰਕੇ ਨੋਟ ਕਰ ਲਿਓ। ਉੱਧਰ ਡਾਕਟਰ ਹਰਜੋਤ ਕਮਲ ਜੀ, ਸੈਕਟਰੀ ਪੰਜਾਬ ਕਾਂਗਰਸ, ਵੱਡੇ ਪੱਧਰ ਤੇ ਮਾਣ ਸਨਮਾਨ ਨਾਲ ਸਰਦਾਰ ਕੇਰ ਸਿੰਘ ਜੀ ਕੈਨੇਡੀਅਨ। ਅੱਜ ਚਲਾਓ ਜੀ, ਮੈਚ ਚਲਾਓ, ਮੈਚ ਚਲਾਓ, ਵਾਹਲਾ ਮੈਚ ਹਜੇ ਪਹਿਲੇ ਰਾਊਂਡ ਦੇ ਤਿੰਨ ਪਏ ਨੇ। ਹੈਲੋ ਅਮਰੀਕ, ਕਹਿੰਦੇ ਬੇਨੜਾ ਜੇਤੂ ਕਰ ਲਿਓ। ਹੈ ਜੀ, ਬੇਨੜਾ ਜੇਤੂ ਹੈ ਜੀ। ਹਾਂਜੀ, ਅਗਲੀ ਟੀਮ ਅਨਾਊਂਸ ਕਰ ਦਿਓ ਜੀ। ਹਾਂ ਜੀ, ਉਸ ਤੋਂ ਬਾਅਦ ਹੈਗਾ, ਹਾਂਜੀ ਆਪਣਾ ਮਿੱਠੇ ਵਾਲ ਤੇ ਭੋਜਨਾ, ਮਿੱਠੇ ਵਾਲ ਤੇ ਭੋਜਨਾ ਦਾ ਮੈਚ ਕਰਾਓ। ਉਸ ਤੋਂ ਬਾਅਦ ਚੱਕਰ ਤੇ ਖਾਈ, ਉਸ ਤੋਂ ਬਾਅਦ 75 ਕਿਲੋ ਦਾ ਫਾਈਨਲ ਮੈਚ। ਠੀਕ ਹੈ ਜੀ, ਡਾਲੇ ਦੀ ਟੀਮ ਨਹੀਂ ਸੀ ਉਹ ਟੀਮ ਤਾਂ ਜੇ ਤੂੰ 75 ਵਾਲੀਆਂ ਟੀਮਾਂ ਵੀ ਤਿਆਰ ਰਹਿਣ। ਆ ਦੋ ਮੈਚ ਰਹਿ ਗਏ, ਮਿੱਠੇ ਵਾਲ ਤੇ ਭੋਜਨਾ, ਖਾਈ ਤੇ ਚੱਕਰ, ਇਸ ਤੋਂ ਬਾਅਦ 75 ਕਿਲੋ ਦਾ ਫਾਈਨਲ ਮੈਚ ਹੋਣਾ ਜੀ। ਉਸ ਤੋਂ ਬਾਅਦ ਦੂਜੇ ਰਾਊਂਡ ਦੇ ਮੈਚ ਕਰਵਾਵਾਂਗੇ। ਠੀਕ ਹੈ ਜੀ, ਔਰ ਥੈਂਕ ਯੂ। ਧੱਲੇ ਕੇ ਆੜਤੀਆ ਸਾਹਿਬ, ਕਿਉਂਕਿ ਪਾਲਾ ਸਿੰਘ ਜੀ ਸਰਪੰਚ ਵੱਡਾ ਨਾਮ ਹੈ ਉਹਨਾਂ ਦਾ। ਹੈਲੋ ਬਾਈ, ਡਾਕਟਰ ਹਰਜੋਤ ਸਾਹਿਬ ਦੇ ਨਾਲ ਜਿਹੜੇ ਬੰਦੇ ਆਏ ਆ ਗਰਾਊਂਡ 'ਚ, ਆ ਜਾਓ ਸੀਰੇ ਵੀਰੇ, ਆ ਜਾਓ ਮੇਰਾ ਭਰਾ ਇੱਥੇ, ਆ ਜਾਓ ਗੁਰਵਿੰਦਰ, ਆ ਜਾਓ ਵੀਰੇ ਧੀਰੇ, ਸਾਰੇ ਅੰਦਰ ਆ ਜਾਓ ਵੀਰੇ। ਉੱਧਰ ਕਹਿੰਦੇ ਡਾਕਟਰ ਹਰਜੋਤ ਕਮਲ ਜੀ ਕਾਂਗਰਸ ਦੇ ਥੰਮ ਦੇ ਤੌਰ ਤੇ ਜਾਣੇ ਜਾਂਦੇ, ਉਹਨਾਂ ਦੇ ਵੱਡੇ ਪੱਧਰ ਦੇ ਮਾਨ ਸਨਮਾਨ ਔਰ ਵੱਡੀ ਸਹਾਇਤਾ ਜਿਹੜੀ ਕਲੱਬ ਦੇ ਲਈ ਵੀ ਹੋਵੇਗੀ। ਹੈਲੋ, ਮਿੱਠੇਵਾਲ ਦੀ ਜਿਹੜੀ ਟੀਮ ਹੈ ਸਟੇਜ ਦੇ ਇੱਧਰ ਸੱਜੇ ਪਾਸੇ ਹੈ, ਤੇ ਭੋਤਨਿਆਂ ਦੀ ਟੀਮ ਜਿਹੜੀ ਇੱਧਰ ਸਟੇਜ ਦੇ ਖੱਬੇ ਪਾਸੇ ਹੈ। ਚੱਲ ਵੀ ਨਾ ਵੀ ਉਹਨਾਂ ਪਾ ਵੀ ਗੱਭਰੂ ਹੈ, ਕਬੱਡੀ ਲਾਓ ਇੱਕ ਇੱਕ ਪਾਸੇ ਮੇਰੇ ਵੀਰੇ। ਲਾਲ ਕੱਛੇ ਦੇ ਵਿੱਚ ਕਹਿੰਦੇ ਮਾਣ ਨਾਭਾ ਪਿੰਡ ਹੈ ਬੈਦ ਨਾ, ਜਿਸ ਨਾਈ ਉਹਨੇ ਬਾਜੇ ਖਾਨੇ ਦੇ ਕਬੱਡੀ ਕੱਪ ਤੇ ਸੋਨੂ ਜੰਪ ਨੂੰ ਲਗਾਤਾਰ ਤਿੰਨ ਜੱਫੇ ਲਾ ਕੇ ਇੱਕ ਰਿਕਾਰਡ ਬਣਾਇਆ ਕਿ ਸੌਖੇ ਪੈਦਾ ਹੁੰਦੇ ਨਹੀਂ, ਰਿਕਾਰਡ ਕਰਨੇ ਕਰ ਲੈਂਦੇ ਨੇ ਬਗਾਨੇ ਪੁੱਤ ਧਾਉਣ ਪਰਨੇ ਕਿ ਸੌਖੇ ਪੈਦਾ ਹੁੰਦੇ ਨਹੀਂ, ਰਿਕਾਰਡ ਕਰਨੇ। ਇਹ ਆ ਮੇਰੇ ਵੀਰਿਓ ਬੈਦ ਮਾੜ ਨਾਭੇ ਵਾਲਾ। ਚੱਲ ਵੀ ਨੌਜਵਾਨਾਂ ਪਾ ਵੀ ਗੱਭਰੂ ਹੈ ਕਬੱਡੀ ਲਓ, ਆਹ ਨੌਜਵਾਨ ਦਾ ਕਹਿੰਦੇ ਘੁੰਨਸ ਪਿੰਡ ਹੈ ਜਿੱਥੋਂ ਦੇ ਸੰਤ ਬਾਬਾ ਬਲਵੀਰ ਸਿੰਘ ਜੀ ਘੁੰਨਸੁਰਾਂ ਦਾ, ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਵੱਡਾ ਨਾਂ ਮੇਰੇ ਵੀਰਿਓ, ਉਸ ਪਿੰਡ ਦਾ ਸੋਨੀ ਘੁੰਨਸਾ ਵਾਲਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਪਾਉਂਦਾ ਹੋਇਆ ਕਬੱਡੀ। ਕਹਿੰਦੇ 2017 ਦੇ ਕਬੱਡੀ ਕੱਪ ਤੇ ਨਿੱਕਾ ਸੰਘੇੜੇ ਵਾਲਾ, ਸੋਨੀ ਸੰਘੇੜੇ ਵਾਲੇ ਨੂੰ ਉੱਧਰ ਸਟੇਜ ਕੋਲੇ ਮਿਲ ਲਈ। ਚੱਲ ਵੀ ਨਾ ਹੋਈ ਉਹਨਾਂ ਪਾ ਵੀ ਗੱਭਰੂ ਹੈ ਕਬੱਡੀ ਪਿਆਰੇ 75 ਕਿਲੋ ਦੀ ਟੀਮ ਤਿਆਰ ਹੋ ਜਾਓ ਬਈ, ਇੱਕ ਮੈਚ ਹੋਰ ਹੈ, ਉਸ ਤੋਂ ਬਾਅਦ 75 ਕਿਲੋ ਦਾ ਫਾਈਨਲ ਮੈਚ। ਸਰ ਵੀ ਪਿਆਰਾ
ਉਹਨਾਂ ਨੂੰ ਬੇਨਤੀ ਆ ਸਰ ਵੀ ਪਿਆਰਾ ਬਈ ਉਹ ਜਿਹੜੇ ਆਪਾਂ ਬੈਸਟ ਰੇਡਰ ਦੇ ਜਾਫੀ ਜੋੜਨੇ ਨਾ ਤੁਸੀਂ ਮੜਾ ਸਟੇਜ ਤੇ ਆ ਕੇ ਮੇਰੇ ਨਾਲ ਸੰਪਰਕ ਕਰੋ ਸਰ ਵੀ ਦੇ ਪਿਆਰਾ। ਉਧਰਲੇ ਪਾਸੇ ਲੰਡੇ ਕੇ ਪਿੰਡ ਤੋਂ ਸ਼ੀਰੇ ਵਰਗੇ ਲੰਡੇ ਕੇ ਵਾਲੇ ਜਿਵੇਂ ਕਹਿੰਦੇ ਨੇ ਕਰਮੇ ਦੇ ਗਰਾਈ ਇੱਥੇ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਨੇ, ਸੋ ਧੰਨਵਾਦ ਕਰਦੇ ਆ। ਨਾਲ ਕਾਕਾ ਪ੍ਰਧਾਨ ਜੀ ਉਹ ਵੀ ਜਿਹੜੇ ਪੁੱਜੇ ਹਨ, ਸਾਡੇ ਡਾਕਟਰ ਡਾਕਟਰ ਹਰਜੋਤ ਕਮਲ ਜੀ ਜਨਰਲ ਸਕੱਤਰ ਨੇ ਜਿਵੇਂ ਪੰਜਾਬ ਕਾਂਗਰਸ ਕਮੇਟੀ ਦੇ ਔਰ ਜਿੱਥੇ ਬਹੁਤ ਸਤਿਕਾਰ ਉਹਨਾਂ ਦਾ ਮਾਣ ਸਨਮਾਨ ਕੀਤਾ ਜਾ ਰਿਹਾ ਹੈ, ਉਹਨਾਂ ਦੇ ਨਾਲ ਹੀਰਾ ਜੀ ਔਰ ਜਿਵੇਂ ਕਹਿੰਦੇ ਨੇ ਸਾਡੇ ਬਹੁਤ ਹੀ ਕਾਕਾ ਪ੍ਰਧਾਨ ਜੀ ਉਹ ਜਿਹੜੇ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਆ ਜਾਣ। ਕਾਕਾ ਪ੍ਰਧਾਨ ਜੀ ਉਹ ਜਲਦੀ ਦੇ ਨਾਲ ਜਿਹੜੇ ਗਰਾਊਂਡ ਦੇ ਵਿੱਚ ਆ ਜਾਣ, ਕਿਉਂਕਿ ਮਾਣ ਸਨਮਾਨ ਕੀਤਾ ਜਾ ਰਿਹਾ ਹੈ। ਡਾਕਟਰ ਹਰਜੋਤ ਕਮਲ ਜੀ ਜਿਹੜੇ ਜਨਰਲ ਸਕੱਤਰ ਨੇ ਪੰਜਾਬ ਕਾਂਗਰਸ ਕਮੇਟੀ ਦੇ, ਬਹੁਤ ਸਤਿਕਾਰ ਦੇ ਜੋ ਇਸ ਇਲਾਕੇ ਦੀ ਹਰਮਨ ਪਿਆਰੀ ਤੇ ਜਾਨੀ ਪਹਿਚਾਨੀ ਸ਼ਖਸੀਅਤ ਹੈ, ਸੋ ਧੰਨਵਾਦ ਕਰਦੇ ਹਾਂ ਇਹਨਾਂ ਦੇ ਇੱਥੇ ਪੁੱਜਣ ਤੇ, ਜਿੱਥੇ ਮਾਣ ਸਨਮਾਨ ਉੱਥੇ ਟੂਰਨਾਮੈਂਟ ਪ੍ਰਬੰਧਕਾਂ ਦੇ ਲਈ ਬਹੁਤ ਸਾਰਾ ਵੱਡਾ ਯੋਗਦਾਨ ਕੀਤਾ। ਸੁਣੇ ਲਓ ਇਧਰਲੇ ਪਾਸੇ ਕਾਲੂ ਨਾ ਮੇਰੇ ਵੀਰੋ 5200 ਰੁਪਏ ਦੇ ਮਾਣ ਸਨਮਾਨ ਜਿੱਥੇ ਡਾਕਟਰ ਸਾਹਿਬ ਨੇ ਇਸ ਟੂਰਨਾਮੈਂਟ ਦੇ ਲਈ ਵਿੱਤੀ ਸਹਾਇਤਾ ਦਿੱਤੀ, ਧੰਨਵਾਦ ਕਰਦੇ ਹਾਂ। ਸਰਦਾਰ ਕੇਰ ਸਿੰਘ ਜੀ ਕੈਨੇਡੀਅਨ ਹੈ, 5100 ਰੁਪਏ ਦਾ ਯੋਗਦਾਨ ਇਹਨਾਂ ਨੇ ਅਦਾ ਕੀਤਾ, ਇਸ ਕਰਕੇ ਮਾਣ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਵਿਸ਼ੇਸ਼ ਤੌਰ ਤੇ ਸਰਦਾਰ ਕੇਰ ਸਿੰਘ ਜੀ ਕੈਨੇਡੀਅਨ ਉਹਨਾਂ ਦਾ। ਸ਼ੀਰਾ ਚੈਕਰ ਜੀ, ਸ਼ੀਰਾ ਚੈਕਰ ਉਹਨਾਂ ਦਾ ਜਿਹੜਾ ਮਾਣ ਸਨਮਾਨ ਕੀਤਾ ਜਾ ਰਿਹਾ ਹੈ, ਸ਼ੀਰਾ ਚੈਕਰ ਉਹਨਾਂ ਦਾ ਮਾਣ ਸਨਮਾਨ ਕੀਤਾ ਜਾ ਰਿਹਾ ਹੈ ਮੈਦਾਨਾਂ ਦੇ ਵਿੱਚ। ਹੁਣ ਮੈਂ ਬੇਨਤੀ ਕਰਾਂਗਾ ਝੱਲੀ ਨਾਈਓ ਨਾ ਵੀ ਪਾਸ ਆਬਾਦ ਪੈਂਦੀ ਹੋਈ ਕਬੱਡੀ ਬਾਰੇ ਆਹ ਸੁਣੇ ਲਓ, ਖੇਡ ਮੈਦਾਨ ਦੇ ਵਿੱਚ ਮਿੱਠੇ ਵਾਲ ਪਿੰਡ ਵਾਲੇ ਦੀ ਪਈ ਹੋਈ ਕਬੱਡੀ ਤੇ ਮੇਰੇ ਵੀਰੋ ਬੈਦ ਮਾੜਨਾ ਪੇ ਵਾਲਾ ਬਹੁਤ ਹੀ ਸ਼ਾਨਦਾਰ ਕੋਸ਼ਿਸ਼ ਕਰਦਾ ਹੋਇਆ। ਇੱਕ ਪ੍ਰਬੰਧਕਾਂ ਨੂੰ ਬੇਨਤੀ ਆ ਵੀ ਜਨਰੇਟਰ ਦੇ ਤਲਵੰਡੀ ਮੱਝੂ ਕੇ, ਪ੍ਰਬੰਧਕਾਂ ਨੂੰ ਬੇਨਤੀ ਆ ਜਨਰੇਟਰ ਦੇ ਵਿੱਚ ਤੇ ਸੋਹਣੇ ਸੋਹਣੀ ਡਿਊਟੀ ਗੋਰਾ ਮੱਝੂ ਕੇ ਵਾਲਾ ਉਹਦਾ ਮਾਣ ਸਨਮਾਨ ਜੋੜੀ ਦੋਨਾਂ ਦੀ, ਗੋਰਾ ਸਰਪੰਚ ਮੱਝੂ ਕੇ ਜੀ ਤੇ ਗੁਰਵਿੰਦਰ ਮੋਕੇ ਵਾਲੇ ਦੀ ਜੋੜੀ ਮਸ਼ਹੂਰ ਹੈ, ਦੋਨਾਂ ਦੀ ਡਿਊਟੀ ਜਨਰੇਟਰ ਤੇ ਲਈ ਹੋਈ ਆ ਵੀ ਤੇਲ ਤੂੜ ਇਹਨਾਂ ਨੇ ਚੈੱਕ ਕਰਨਾ। ਕਾਲਾ ਧੂੜਕੋਟ ਜੀ ਉਹਨਾਂ ਦਾ ਮਾਣ ਸਨਮਾਨ ਕਾਲਾ ਧੂੜਕੋਟ ਦੇ ਮੈਂਬਰ ਜੋੜੀ ਉਹਨਾਂ ਦੀ ਵੀ ਮਸ਼ਹੂਰ ਹੈ, ਡਾਕਟਰ ਐਂਡ ਪਾਰਕਟ, ਡਾਕਟਰ ਰੁਪਿੰਦਰ ਡਾਕਟਰ ਤੇ ਪਾਰਕਟ ਰੰਧਾਵਾ ਉਹਨਾਂ ਦੀ ਵੀ ਜੋੜੀ ਮਸ਼ਹੂਰ ਆ। ਉੱਧਰ ਜੋੜੀ ਜੀਵਿੰਦਰ ਕਾਕਾ ਤੇ ਮਿੰਟੂ ਸਰਪੰਚ, ਜੋੜੀਆਂ ਬਣੀਆਂ ਹੋਈਆਂ ਕੰਮ ਦੇ ਲਈ ਜ਼ਿੰਮੇਵਾਰ ਵਿਅਕਤੀ ਨੇ ਸਾਰੇ ਹੀ, ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ। ਚੱਲ ਵੀ ਨਾ ਉਹਨਾਂ ਪਾਵੀ ਗੱਭਰੂ ਕਬੱਡੀ ਲਓ, ਖੇਡ ਮੈਦਾਨ ਦੇ ਵਿੱਚ ਘੁੰਨਸ ਪਿੰਡ ਵਾਲਾ ਸੋਨੀ ਮੇਰੇ ਵੀਰੇ ਉਹ ਕਬੱਡੀ ਪਾਉਂਦਾ ਹੋਇਆ। ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦੇਵਾਂ ਕਿ ਸਾਡੇ ਵੀਰ ਮਨਦੀਪ ਸਿੰਘ ਗੋੜਾ ਉਹਨੂੰ ਬੜਾ ਚਾਅ ਸੀ ਟੂਰਨਾਮੈਂਟ ਦੇਖਣ ਦਾ, ਕਿਸੇ ਕਾਰਨ ਉਹਨੂੰ ਬਾਹਰ ਜਾਣਾ ਪਿਆ, ਉਹਦਾ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦੇ ਹਾਂ। ਉਹਨੇ ਸਾਨੂੰ ਫੋਨ 'ਤੇ ਸਾਰਾ ਕੁਛ ਪੁੱਛਿਆ ਵੀ ਕਿਵੇਂ ਚੱਲ ਰਿਹਾ, ਕੀ ਹੋ ਰਿਹਾ, ਅਤੇ ਗੋੜਾ ਮਨਦੀਪ ਸਿੰਘ ਗੋੜਾ ਬਹੁਤ ਹੀ ਵਧੀਆ ਇਨਸਾਨ, ਨਰਮ, ਸਾਰੇ ਸੱਜਣਾਂ ਨੂੰ ਪਿਆਰ ਕਰਨ ਵਾਲਾ ਮਨਦੀਪ ਸਿੰਘ ਗੋੜਾ, ਉਹ ਵੀ ਕਿਸੇ ਕਾਰਨ ਉਹਨੂੰ ਬਾਹਰ ਜਾਣਾ ਪਿਆ, ਇਸ ਟੂਰਨਾਮੈਂਟ 'ਚ ਅਸੀਂ ਮਿਸ ਕਰ ਰਹੇ ਹਾਂ ਉਹਨੂੰ ਵੀ। ਉਧਰ ਜੱਗਾ ਚੀਮਾ ਤੇ ਜਸਵੰਤ ਚੀਮਾ ਮਿਡਵੇ ਕਲੱਬ ਵਾਲੇ ਇੰਗਲੈਂਡ ਵਾਲੇ ਕਬੱਡੀ 365 ਕਬੱਡੀ ਫੀਵਰ .com ਤੇ ਮਾਲਵਾ TV.com ਦੇ ਜ਼ਰੀਏ ਇਸ ਕਬੱਡੀ ਦੇ ਮਹਾਕੁੰਭ ਦੇ ਨਾਲ ਜੁੜੇ ਬੈਠੇ ਨੇ। ਸੁੱਖਾ ਤਿੱਕੜੀ ਮਸ਼ਹੂਰ ਹੈ ਜੀ, ਇੱਥੇ ਇੱਕ ਤਿੱਕੜੀ ਮਸ਼ਹੂਰ ਆ। ਹਾਂਜੀ ਭਾਈ ਭੋਤਰਾ ਦੀ ਟੀਮ ਤੇ ਤੂੰ ਹੈ ਰੰਧਾਵਾ ਤੇ ਅੰਗਰੇਜ਼ ਸੰਧੂ ਉਹਨਾਂ ਦੀ ਵੀ।
ਨੋਟ ਕਰੋ ਬਾਅਦ ਵਿੱਚ ਸਾਥ ਹੋਣਾ ਪੁੱਛਿਓ। ਹਾਂਜੀ ਰਹੀਸ਼ ਖੇੜਾ ਜੀ ਉਹ ਵੀ ਅੱਜ ਨੇ ਇਸ ਕਬੱਡੀ ਕੱਪ ਦੇ ਵਿਸ਼ੇਸ਼ ਤੌਰ ਤੇ ਪੁੱਜੇ ਆ, ਉਹਨਾਂ ਦਾ ਵੀ ਇੱਥੇ ਪੁੱਜਣ ਤੇ ਬਹੁਤ ਬਹੁਤ ਧੰਨਵਾਦ। ਬਿੰਦਰ ਗਹਿਲਾ ਨੂੰ ਪਾਇਲਟ ਗਰਾਊਂਡ ਸਾਦਾ ਭਾਜੀ ਗਹਿਲਾ ਵਾਲਾ ਪਾਇਲਟ ਉਹਦਾ ਭਤੀਜਾ ਕਾਲਾ ਉਹ ਵੀ ਸਾਡੇ ਜਿੰਦਾ ਬਹੁਤ ਪਿਆਰਾ ਜੋੜੀ ਹੋਰ ਮਸ਼ਹੂਰ ਆ ਜੀ ਪਿੰਡ ਦੇ ਵਿੱਚ ਜਿਵੇਂ ਜਗਰਾਜ ਸਿੰਘ ਯੂਐਸਏ ਦਾ ਤੀਰਥ ਰੰਧਾਵਾ ਉਹਨਾਂ ਦੀ ਵੀ ਜੋੜੀ ਮਸ਼ਹੂਰ ਆ ਜੀ। ਉਹ ਵੀ ਦੋਨੇ ਸੱਜਣ ਇਕੱਠੇ ਰਹਿ ਕੇ ਕੰਮ ਕਰਦੇ ਨੇ ਜਗਰਾਜ ਸਿੰਘ ਯੂਐਸਏ ਦਾ ਤੀਰਥ ਰੰਧਾਵਾ। ਆ ਜੀ ਚਲਾਓ ਜੀ ਅਗਲਾ ਮੈਚ ਖਾਈ ਤੇ ਚਗਰ ਖਾਈ ਤੇ ਚਗਰ ਇਸ ਤੋਂ ਬਾਅਦ 75 ਕਿਲੋ ਦੀ ਆ ਜਾ ਟੀਮਾਂ। ਹਾਂਜੀ ਚਗਰ ਲਈ ਇੱਕ ਮਿੰਟ ਟਾਈਮ ਦੇ ਰਹੇ ਜੀ ਮਾੜੀਆਂ ਟੀਮਾਂ ਬੁਲਾ ਲਈ। ਚੱਕਰ ਦੀ ਟੀਮ ਹੈਗੀ ਜੀ ਗਰਾਊਂਡ 'ਚ। ਹਾਂਜੀ ਪਲੀਜ਼ ਉਸ ਤੋਂ ਅਗਲਾ ਜਿਹੜਾ ਮੈਚ ਉਹ ਤੁਸੀਂ ਅਨਾਊਂਸ ਕਰ ਦਿਓ। ਦੂਜੇ ਰਾਊਂਡ ਦੇ ਜਿਹੜੇ ਮੈਚ ਨੇ ਕੌਂਕੇ ਵਰਸਿਜ ਬਰੜਵਾਲ, ਕੋਲਡ ਛਾਪਾ ਵਰਸਿਜ ਧਾਲੀਵਾਲ ਬੇਟ, ਮਾਣੂਕੇ ਵਰਸਿਜ ਮੱਲੜੀ ਹਰਿਆਣਾ, ਦਿੜਬਾ ਏ ਵਰਸਿਜ ਵਧਾਤੇ, ਜੋਧਪੁਰ ਚੀਮਾ ਵਰਸਿਜ ਸੁਰਖਪੁਰ। ਇਹ ਦੂਜੇ ਰਾਊਂਡ ਦੇ ਪਹਿਲੇ ਪੰਜ ਮੈਚ ਨੇ, ਕਿਰਪਾ ਕਰਕੇ ਨੋਟ ਕਰ ਲਿਓ। ਦਿੜਬੇ ਦਾ ਖੁਸ਼ੀ, ਫੋਰ ਟ੍ਰੈਕਟਰ ਦਾ ਜੇਤੂ, ਨੁਕਰੇ ਘੋੜਿਆਂ ਦਾ ਜੇਤੂ ਜਿਹੜੇ ਨੌਜਵਾਨ ਨੇ ਪੂਰੀ ਦੁਨੀਆ ਦੇ ਵਿੱਚ ਕਬੱਡੀ ਖੇਡ ਕੇ ਦੁੱਗਾ ਪਿੰਡ ਦਾ ਨਾਂ, ਜਿਸ ਨੌਜਵਾਨ ਨੂੰ ਪੂਰੀ ਦੁਨੀਆ 'ਚ ਪ੍ਰਸਿੱਧ ਕਰਨ ਦਾ ਮਾਣ ਮਿਲਿਆ, ਉਹ ਵੀ ਮੇਰੇ ਵੀਰਿਓ ਅੱਜ ਦੇ ਇਸ ਕਬੱਡੀ ਕੱਪ 'ਤੇ ਵਿਸ਼ੇਸ਼ ਤੌਰ 'ਤੇ ਪੁੱਜੇ ਹੋਏ ਆ, ਦੁਨੀਆ ਦੇ ਮਹਾਰਥੀ ਪੁੱਜੇ ਆ। ਬੇਨਤੀ ਹੈ ਜਗਰਾਜ ਸਿੰਘ ਜੀ ਰੰਧਾਵਾ ਜਿਨ੍ਹਾਂ ਨੇ ਪਹਿਲਾਂ ਅਤੇ ਦੂਜਾ ਇਨਾਮ ਦਿੱਤਾ ਅੱਜ ਦੇ ਇਸ ਕਬੱਡੀ ਕੱਪ ਦਾ, ਉਹਨਾਂ ਨੂੰ ਬੇਨਤੀ ਹੈ ਕਿਰਪਾ ਕਰਕੇ ਆਪਣੇ ਮਾਨ ਸਨਮਾਨ ਲੈ ਲੈਣਗੇ, ਗਰਾਊਂਡ ਦੇ ਵਿੱਚ ਆ ਜਾਣਗੇ। ਜੁਗਰਾਜ ਸਿੰਘ ਜੀ ਰੰਧਾਵਾ ਉਹ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਪਹੁੰਚ ਜਾਣ, ਬਾਕੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿਰਪਾ ਕਰਕੇ ਆਪੋ ਆਪਣੀਆਂ ਸਾਈਡਾਂ ਲੈ ਲੈਣਗੇ ਤਾਂ ਕਿ ਦਰਸ਼ਕ ਵੀਰਾਂ ਨੂੰ ਮੈਚ ਦੇਖਣ ਦਾ ਪੂਰਾ ਆਨੰਦ ਆਵੇ। ਹਾਂਜੀ ਪਲੀਜ਼ ਸਾਰੇ ਵੀਰ ਆਪੋ ਆਪਣੀਆਂ ਸਾਈਡਾਂ ਲੈ ਲਓ, ਦਰਸ਼ਕ ਵੀਰਾਂ ਨੂੰ ਥੋੜਾ ਜਿਹਾ ਮੈਚ ਮੌੜ ਨਾਭਾ ਤੇ ਪਾਲਾ ਮੌੜ ਨਾਭਾ ਉਹ ਆਪਣੇ ਮਾਨ ਸਨਮਾਨ ਪ੍ਰਾਪਤ ਕਰਨ ਜੰਟਾ ਮੌੜ ਨਾਭਾ ਤੇ ਪਾਲਾ ਮੌੜ ਨਾਭਾ। ਧੂਰੀ ਕਬੱਡੀ ਕਲੱਬ ਦੇ ਜਿਹੜੇ ਪ੍ਰਧਾਨ ਨੇ ਮੇਰੇ ਵੀਰੋ ਸਾਹਿਬੀ ਕਾਂਜਲਾ ਜੀ ਕਿਰਪਾ ਕਰਕੇ ਉਹ ਆਪਣਾ ਮਾਨ ਸਨਮਾਨ ਲੈ ਲੈਣਗੇ। ਸਾਹਿਬੀ ਕਾਂਜਲਾ ਜੀ ਧੂਰੀ ਕਬੱਡੀ ਕੱਪ ਦੇ ਪ੍ਰਧਾਨ ਲਓ, ਖੇਡ ਮੈਦਾਨ ਦੇ ਵਿੱਚ ਮੁਕਾਬਲਾ ਮੇਰੇ ਵੀਰੋ ਸ਼ੁਰੂ ਹੋ ਗਿਆ। ਹਾਂਜੀ ਸਾਰੇ ਐਨਆਰਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਬਾਹਰ ਲਾਈਵ ਤੇ ਦੇਖ ਰਹੇ ਨੇ, ਸਾਰੇ ਹੀ ਐਨਆਰਆਈ ਵੀਰਾਂ ਦਾ ਹਰਪਾਲ ਹਾਂਜੀ ਹਰਪਾਲ ਸਿੰਘ ਉਹ ਵੀ ਬਾਹਰ ਲਾਈਵ ਦੇਖ ਰਹੇ ਨੇ, ਸੀਰਾ ਕੈਨੇਡਾ, ਜੱਗੀ ਕੈਨੇਡਾ, ਪਰਮਜੀਤ ਸਿੰਘ ਜੀ ਕੈਨੇਡਾ, ਨੂਪੀ ਜੀ, ਜਗਦੀਪ ਜੀ, ਕਾਕਾ ਜੀ ਸਵਰਨ, ਰਾਣਾ ਧਾਲੀਵਾਲ, ਸਾਡੇ ਵੀਰ ਬਾਹਰ ਆਨੰਦ ਮਾਣ ਰਹੇ ਆ ਲਾਈਵ ਤੇ, ਜਿੰਨੇ ਵੀ ਗੁਰਕੀਰਤਨ ਹੋਣੀ ਸਾਰੇ ਸੱਜਣ ਸਾਡੇ ਪਿਆਰੇ ਉਹਨਾਂ ਨੇ ਦਾਨ ਵੀ ਭੇਜਿਆ ਗੁਰਕੀਰਤ ਜੀ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਹਾਂਜੀ ਇੱਥੇ ਸਾਡੇ ਐਨਆਰਆਈ ਵੀਰ ਮਨਿੰਦਰ ਡੀਟੂ ਜੀ, ਰਾਜਵਿੰਦਰ ਭੁੱਲਰ ਜੀ, ਕਿਰਨਦੀਪ ਜੀ, ਮਿਹਰਬਾਨ ਜੀ, ਦਵਿੰਦਰ ਸਿੱਧੂ ਜੀ, ਜਗਰਾਜ ਸਿੰਘ ਜੀ ਯੂਐਸਏ, ਮਿੱਕਾ ਢੰਡਵਾਲ ਜੀ, ਇਹ ਸਾਰੇ ਸੱਜਣ ਐਨਆਰਆਈ ਵੀਰ ਇੱਥੇ ਵੀ ਆਨੰਦ ਮਾਣ ਰਹੇ। ਹਾਂਜੀ ਗੁਰਕੀਰਤ ਤਲਵੰਡੀ ਜੀ ਕਿਰਪਾ ਕਰਕੇ ਉਹ ਆਪਣਾ ਸਨਮਾਨ ਲੈ ਲੈਣਗੇ। ਗੁਰਕੀਰਤ ਤਲਵੰਡੀ ਜੀ ਲਓ ਖੇਡ ਮੈਦਾਨ ਦੇ ਵਿੱਚ, ਦੁੱਗਾ ਵਾਲਾ ਮੇਰੇ ਪੰਜਾਬੀ ਵੀਰਿਓ ਇਹ ਆ ਕਬੱਡੀ ਦਾ ਜਾਲਮ ਜਾਫੀ, ਦੁੱਗਾ ਪਿੰਡ ਪੂਰੀ ਦੁਨੀਆ 'ਚ ਐਵੇਂ ਨਹੀਂ ਪ੍ਰਸਿੱਧ ਕੀਤਾ, ਇਹਨੇ ਨੁਕਰੇ ਘੋੜੇ ਜਿੱਤੇ ਆ,
ਥੋ ਟਰੈਕਟਰ ਜਿੱਤਿਆ ਮੇਰੇ ਪੰਜਾਬੀ ਵੀਰਿਓ, ਦੁਨੀਆਂ ਦੇ ਵੱਖੋ ਵੱਖਰੇ ਮੁਲਕਾਂ 'ਚ ਖੇਡਿਆ, ਕਬੱਡੀ ਦਾ ਪ੍ਰਿੰਸ ਹੈ ਤਾਂ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਇੱਕ ਸ਼ਾਨਦਾਰ ਜਲਸਾ। ਵਾਹ, ਉਧਰਲੇ ਪਾਸੇ ਕਬੱਡੀ ਜਗਤ ਦਾ ਪ੍ਰਿੰਸ ਜਾਫੀ ਖੁਸ਼ੀ ਦੋਗਾ ਵਾਲਾ ਨੌਜਵਾਨ ਨੂੰ ਜੱਫਾ ਮਾਰ ਕੇ ਅੰਕਾਂ ਦਾ ਵਾਅਦਾ ਕਰਦਾ ਹੋਇਆ। ਦੂਜੇ ਰਾਊਂਡ ਦੇ ਮੈਚ ਵੀ ਬੋਲੋ ਜੀ। ਠੀਕ ਹੈ ਜੀ, ਮਾੜੇ ਸਾਰੇ ਵੀਰ ਆਪੋ ਆਪਣੀਆਂ ਹੁਣ ਸਾਈਡਾਂ ਲੈ ਲਓ। ਦੂਜੇ ਰਾਊਂਡ ਦੇ ਲਈ ਕਿਉਂਕਿ ਵਰਸੀ ਜੀ ਬਾਰਡ ਬਾਲ ਕਾਪਾ, ਵਰਸੀ ਜੀ ਧਾਲੀ ਬਾਲ ਬੇਟ ਮਾਣੂ ਕੇ, ਵਰਸੀ ਜੀ ਮੱਲੜੀ ਹਰਿਆਣਾ, ਦਿਨ ਬਾਏ ਤੇ ਵਧਾਤੇ ਜੋਧਪੁਰ ਟੀਮਾਂ ਦੇ ਸੁਰਖਪੁਰ। ਲਓ ਖੇਡ ਮੈਦਾਨ ਦੇ ਵਿੱਚ ਖਾਈ ਵਾਲੇ ਦੀ ਪਈ ਹੋਈ ਕਬੱਡੀ। ਦੋ ਨੰਬਰ ਤੋਂ ਮੇਰੇ ਵੀਰੋ ਨਾਜੋ ਨੇ ਇਸ ਵੇਲੇ ਕਰਦਾ ਹੋਏ ਕੋਸ਼ਿਸ਼, ਚੱਕਰ ਵਾਲਾ ਕਰਮੇ ਦਾ ਪੇਂਡੂ ਹੈ, ਦੂਜੇ ਪਾਸੇ ਖਾਈ ਵਾਲਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਬੱਲੇ ਬੱਲੇ ਕਰਵਾਉਂਦਾ ਹੋਏ ਹੈ। ਇੱਕ ਇੱਕ ਕਬੱਡੀ ਕਹਿੰਦੇ ਲੱਖ ਲੱਖ ਦੀ ਹੈ। ਆਹ ਕਰਮੇ ਦਾ ਛੋਟਾ ਵੀਰ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਬੱਲੇ ਹੋਏ ਕਬੱਡੀ। ਜਸਕਰਨ ਸਿੰਘ ਜੀ ਸੰਧੂ, ਉਹਨਾਂ ਨੂੰ ਕਿਰਨਦੀਪ ਸਿੰਘ ਜੀ ਰੰਧਾਵਾ ਕੈਨੇਡਾ ਉਹ ਬੁਲਾ ਰਹੇ ਆ ਸਟੇਜ ਤੇ ਆ ਜਾਣ। ਬਹੁਤ ਸੋਹਣੇ, ਇੱਕ ਕੰਨੀ ਤੇ ਹਿੰਦਾ ਮਾਲਕ ਦਾ, ਇੱਕ ਕੰਨੀ ਤੇ ਦਿੜਵੇ ਦਾ ਖੁਸ਼ੀ ਆ। ਇੱਕ ਪਾਸੇ ਮੇਰੇ ਵੀਰੇ ਨੌਜਵਾਨ ਚੱਕਰ ਵਾਲੇ ਸ਼ੀਰੇ ਦੀ ਪਿੰਡੇ ਦੀ ਪਸ਼ੂ ਕਬੱਡੀ ਲਾਓ ਇਸ ਵੇਲੇ ਦੁੱਗਾ ਵਾਲਾ, ਇੱਕ ਪਾਸੇ ਚੱਕਰ ਵਾਲਾ ਧੀਰੀ ਹੈ, ਇੱਕ ਪਾਸੇ ਦੁੱਗਾ ਦਾ ਖੁਸ਼ੀ। ਚੱਕਰ ਵਾਲੇ ਧੀ ਨੂੰ ਖੁਸ਼ੀ ਦੁੱਗਾ ਵਾਲੇ ਨੇ ਜੱਫਾ ਲਾ ਦਿੱਤਾ, ਪਰ ਉਧਰਲੇ ਪਾਸੇ ਦੀਪਾ ਖਾਈ ਵਾਲਾ, ਮੇਜਰ ਬਰਾੜ ਜਲੰਧਰ ਸਿੰਘ ਸਿੱਧੂ, ਕਰਮਪਾਲ ਲੰਡੇਕੇ ਵਾਲਾ ਸਿੱਧੂ, ਮਾਣੂਕੇ ਵਾਲਾ ਗੁਰਲਾਲ, ਜਿੱਥੇ ਜੁੰਡੀ ਦੀ ਯਾਰੀ ਹੈ ਉੱਥੇ ਇਸ ਕਬੱਡੀ ਦੇ ਕੱਪ ਨੂੰ ਮੇਨ ਪਿਆਰ ਭੇਜਦੇ ਨੇ। ਧੰਨਵਾਦ ਹੈ। ਇੱਧਰਲੇ ਪਾਸੇ ਖਾਈ ਵਾਲੇ ਦੀਪੇ ਦਾ ਪੁਆਇੰਟ ਹੈ ਮਿੱਤਰੋ, ਅੰਕ ਦੀਪੇ ਦੇ ਖਾਤੇ, ਖਾਈ ਦੇ ਖਾਤੇ ਨਿੱਕਾ। ਚਲੋ ਨੌਜਵਾਨਾਂ ਪਾ ਕਬੱਡੀ, ਕਹਿੰਦੇ ਨੇ ਚੱਕਰ ਪਿੰਡ ਬੜਾ ਮਸ਼ਹੂਰ ਹੈ, ਲੁਧਿਆਣੇ ਜ਼ਿਲ੍ਹੇ ਦਾ ਮਕਬੂਲ ਪਿੰਡ ਹੈ। ਇੱਕ ਮਿੰਟ ਜੀ, ਪਹਿਲਵਾਨ ਮਾੜਨਾ ਬੇਲਾ ਨਾਲ ਵੀਰ ਜੀਤੇ ਹੋਣੀ ਸਾਰੇ ਆਪੋ ਆਪਣੇ ਮਾਨ ਸਨਮਾਨ ਲੈ ਲੈਣਗੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਕਿਉਂਕਿ ਵਰਸੀ ਜੀ ਬਰਡ ਵਾਲ ਅਗਲੇ ਮੈਚ ਦੀਆਂ ਟੀਮਾਂ ਜਿਹੜੀਆਂ ਜੰਟਾ ਮਾੜਨਾ ਬੇਲਾ ਤੇ ਪਾਲਾ ਮਾੜਨਾ ਬੇਲਾ, ਉਹ ਵੀਰ ਆਪਣੇ ਸਨਮਾਨ ਲੈ ਲੈਣਗੇ। ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਅਗਲੇ ਮੈਚਾਂ ਦੇ ਲਈ। ਸੰਧੂ ਬ੍ਰਦਰ ਜੋ ਵੀ ਸਾਡੇ ਵੀਰ ਪੁੱਜੇ ਉਹਨਾਂ ਨੂੰ ਬੇਨਤੀ ਉਹ ਵੀ ਤਿਆਰੀ ਰੱਖਣਗੇ। ਲਓ ਖੇਡ ਮੈਦਾਨ ਦੇ ਵਿੱਚ ਪੈਂਦੀ ਹੋਈ ਕਬੱਡੀ, ਇੱਕ ਇੱਕ ਕਬੱਡੀ ਕਹਿੰਦੇ ਲੱਖ ਲੱਖ ਦੀ। ਖੇਡ ਮੈਦਾਨ ਦੇ ਵਿੱਚ ਖਾਈ ਵਾਲਾ ਮੇਰੇ ਵੀਰੇ ਪਾਉਂਦਾ ਹੋਇਆ, ਦੂਜੇ ਪਾਸੇ ਚਾਰ ਜਾਫੀ ਹੈ ਹਲਕੀ ਹੋਈ, ਕੋਈ ਮੁੱਲ ਨਹੀਂ ਪੈਂਦਾ, ਕਾਰਤੂਸ਼ ਚੱਲੇ ਦਾ, ਲੱਖ ਲੱਖ ਦੀ ਕੌਡੀ ਜੱਫਾ ਕੱਲੇ ਕੱਲੇ ਦਾ। ਇੱਕ ਪਾਸੇ ਖਾਈ ਬਿਲਕੁਲ ਪੱਤੋ ਦੇ ਲਾਗੇ ਪਿੰਡ ਹੈ, ਜਿੱਥੋਂ ਦੇ ਗੁਰਸ਼ਰਨ ਭਾਲੇ ਵਰਗੇ, ਉਹ ਦੇਖ ਲੈ ਖਾਈ ਵਾਲੇ ਨੇ ਲੰਮਾ ਹੱਥ ਕਰਕੇ ਬਾਂਹ ਕੱਢ ਕੇ ਅੰਕ ਮੋਗੇ ਵਾਲੇ ਨੇ ਆਪਣੀ ਟੀਮ ਦੇ ਖਾਤੇ ਜੋੜ ਦਿੱਤਾ ਕਿ ਰੋਪੜ ਦੀ ਰਹਿਣ ਵਾਲੀ ਰੌਣਕ ਵਿੱਚ ਅੰਬਰ ਸਹੀ ਆ। ਥੱਲੇ ਆ ਜਾਣ ਜਿਹੜੇ ਪਲੇਅਰ ਖੇਡ ਕੇ ਜਾਂਦੇ ਆ ਉਹ ਮੈਨ ਨੂੰ ਕਹਿੰਦੇ ਆ, ਉਹਨਾਂ ਨੂੰ ਆ ਗੱਡੀ ਮੈਨ ਥੱਲੇ ਪੌੜੀਆਂ ਦੇ ਉਹ ਪਲੇਅਰਾਂ ਨੂੰ। ਨਿੱਕਾ ਯੂ ਐਸ ਏ, ਜੱਸੀ ਕੈਨੇਡਾ, ਸੀਰਾ ਕੈਨੇਡਾ, ਗਗਨ ਕੈਨੇਡਾ, ਵਰਿੰਦਰ ਕੈਨੇਡਾ, 1100 ਜਿਹੜਾ ਖੁਸ਼ੀ ਦੇ ਲਈ ਪੁੱਜਦਾ ਕਰ ਰਹੇ ਹੈ। ਖਾਈ ਜੇਤੂ ਹੈ, ਖਾਈ ਜੇਤੂ ਹੈ, ਨੋਟ ਕਰੋ ਪਹਿਲਾਂ ਤਾਂ ਬਾਈ, ਖਾਈ ਦੀ ਟੀਮ ਜੇਤੂ ਹੈ, ਬਾਕੀ ਕੰਮ ਬਾਅਦ ਚ। ਹਾਂ ਜੀ, 75 ਦਾ ਫਾਈਨਲ ਕਰਾਓ ਜੀ। ਉਧਰ ਚੜਿੱਕ ਦੀ ਟੂਰਨਾਮੈਂਟ ਕਮੇਟੀ ਵੱਲੋਂ ਖੁਸ਼ੀ ਦੁੱਗਾ ਦੇ ਲਈ 21 ਕਿਲੋ ਦੇ ਬਨਾਮ ਦੇ ਨਾਲ ਮਾਣ ਸਨਮਾਨ ਹੋਣਗੇ। ਕੁਝ ਸੱਟਾਂ ਕੁਝ ਫੇਟਾਂ ਨੇ ਇਸ ਨੌਜਵਾਨ ਨੂੰ ਗਰਾਊਂਡਾਂ ਤੋਂ ਦੂਰ ਰੱਖਿਆ, ਪਰ ਉਹਦਾ ਮਾਣ ਸਨਮਾਨ ਜਿਹੜਾ ਜੱਗੀ ਮੌੜਨਾਬੇ ਵਾਲਾ ਭਲਵਾਨ। ਲੱਖੇ ਦੀਆਂ ਖੇਡਾਂ ਦੀ ਗੱਲ ਕਰਦੇ ਹਾਂ ਕਿ ਲੱਖੇ ਪਿੰਡ ਦੇ ਵਿੱਚ 5, 6 ਤੇ 7 ਫਰਵਰੀ ਨੂੰ ਜਿੱਥੇ ਕਬੱਡੀ ਓਪਨ ਦੇ ਵਿੱਚ 3 ਪਲੇਅਰ ਬਾਹਰੋਂ
70 ਕਿਲੋ ਦੇ ਵਿੱਚ ਦੋ ਪਲੇਅਰ ਬਾਹਰੋਂ, ਕਬੱਡੀ 53 ਕਿਲੋ, ਵਾਲੀਬਾਲ ਸ਼ੂਟਿੰਗ, ਕੁੱਟਿਆਂ ਦੀਆਂ ਕੁੱਤਿਆਂ ਦੀਆਂ ਜਿਹੜੀਆਂ ਟਰੈਕ ਦੌੜਾਂ 5, 6 ਤੇ 7 ਫਰਵਰੀ ਮੋਟਰਸਾਈਕਲ ਦਿੱਤੇ ਜਾਣਗੇ ਬੈਸਟ ਰੇਡਰ ਤੇ ਜਾਫੀ ਨੂੰ ਖੇਡ ਮੈਦਾਨਾਂ ਦੇ ਵਿੱਚ। ਹਾਂਜੀ, ਜਿਹੜੇ ਪਲੇਅਰ ਨਹੀਂ ਖੇਡਦੇ ਉਹ ਕਿਰਪਾ ਕਰਕੇ ਬਾਹਰ ਹੋ ਜਾਣ ਵੀਰ, ਜਿਹੜੇ ਖਿਡਾਰੀ ਨਹੀਂ ਖੇਡਦੇ। ਕਿੰਨੀ ਰਾਇਸ਼ ਲੱਖਾ, ਹਾਂਜੀ ਰਿੰਕੂ ਬੀਲੇ ਦੇ ਛੋਟੇ ਭਾਈ ਸਾਹਿਬ ਨੇ, ਉਹਨਾਂ ਦੇ ਵੱਲੋਂ ਖੁੱਲੇ ਸੱਦੇ ਨੇ ਆਪ ਸਭ ਨੂੰ। ਰੇਡਾਂ ਦੱਸ ਦਿਓ ਜੀ, 75 ਨੂੰ ਕਿੰਨੀਆਂ ਦੇਣੀਆਂ ਕਹਿੰਦੇ ਜੀ, 10-10 ਮੰਗਦੇ, ਪਲੀਜ਼ ਦੱਸੋ 75 ਨੂੰ ਰੇਡਾਂ ਕਿੰਨੀਆਂ ਦੇਣੀਆਂ, ਮਾੜਾ ਦੱਸੋ ਜੀ। ਲਖਵੀਰ ਸਿੰਘ ਜੀ ਸਕੂਲ, ਉਹਨਾਂ ਵੱਲੋਂ 5,000 ਰੁਪਇਆ ਟੂਰਨਾਮੈਂਟ ਕਮੇਟੀ ਨੂੰ ਸਹਾਇਤਾ ਆਈ ਆ, ਧੰਨਵਾਦ ਜੀ। ਉਧਰਲੇ ਪਾਸੇ ਦਿਲਬਰ ਝਨੇਰ ਵਾਲਾ ਨਾਲ ਰੂਪਾ ਅਠੂਰ ਵਾਲਾ, ਔਰ ਜਿਵੇਂ ਕਹਿੰਦੇ ਨੇ ਮੀ ਅਠੂਰ ਵਾਲਾ, ਅਵਤਾਰ ਤੋਲੇਵਾਲ ਵਾਲਾ, ਨਾਲ ਤਰਸੇਮ ਸਡੌਰ ਵਾਲਾ, ਇਸ ਮੈਚਾਂ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਸੰਭਾਲੀ ਬੈਠੇ ਨੇ। ਅਗਲੇ ਮੈਚਾਂ ਦੇ ਜਿਹੜੀ ਲਿਸਟ ਦੇ ਮੁਤਾਬਿਕ 75 ਕਿਲੋ ਵਰਗ ਦੇ 9.5 ਲਾਸਟ ਜੀ, 75 ਕਿਲੋ ਵਰਗ ਦੇ ਜਿਹੜੇ ਪੁਆਇੰਟ ਨੇ 9.5। ਲਖਵੀਰ ਸਿੰਘ ਜੀ ਸਕੂਲ, ਇੱਕ ਮੈਂ ਤੁਹਾਨੂੰ ਬੇਨਤੀ ਕਰਦਾ ਬਈ, ਜੱਗਿਆ ਦੇਖਿਓ ਵੀਰ, ਡਿਊਟੀ ਲਾ ਦਿਓ ਬੈਸਟ ਰਾਈਡਰ ਦਾ ਜਾਫੀ ਕੱਢਣ ਲਈ। ਹਾਂਜੀ, ਲਖਵੀਰ ਸਿੰਘ ਜੀ ਸਕੂਲ 5,000 ਰੁਪਇਆ ਟੂਰਨਾਮੈਂਟ ਕਮੇਟੀ ਨੂੰ ਸਹਾਇਤਾ ਦਿੰਦਾ, ਧੰਨਵਾਦ ਜੀ। ਹਾਂਜੀ, ਬੈਸਟ ਕੱਢਣ ਲਈ ਅੰਦਰ ਸਰ ਵੀ ਹੋਣੀ, ਪਿਆਰੇ ਹੋਣੀ, ਜੱਗੇ ਹੋਣੀ ਸਾਰੇ ਵੀਰ। ਹਾਂ, ਕਾਪੀ ਪਹਿਲਾਂ ਲੈ ਕੇ ਜਾਇਓ ਬਈ। ਹੈਲੋ, ਹਾਂਜੀ, ਪਾਸੇ ਨਿਜ਼ਾਮਪੁਰੀ ਤੇਜ਼ੀ ਦਾ 11,000 ਰੁਪਈਏ ਦੇ ਨਾਲ ਮਾਨ ਸਨਮਾਨ ਕੀਤਾ ਜਾਵੇਗਾ ਬਾਈ ਜੀ। ਪ੍ਰਿਤਪਾਲ ਸਿੰਘ ਜੀ ਬਹਿਰੀਨ ਤੋਂ, ਸੁਖਪਾਲ ਬਹਿਰੀਨ ਤੋਂ, ਬਲਜਿੰਦਰ ਕੁਮਾਰ ਬਹਿਰੀਨ ਤੋਂ, ਉਹਨਾਂ ਦੇ ਵੱਲੋਂ ਅੱਜ 11,000 ਰੁਪਈਆ ਤੇਜ਼ੀ ਨਿਜ਼ਾਮਪੁਰੀ ਖੁਸ਼ੀ ਦਿਲਬੇ ਵਾਲਾ 3,100 ਰੁਪਈਏ ਦੇ ਨਾਲ ਇਹਦਾ ਵੀ ਜਿਹੜਾ ਮਾਨ ਸਨਮਾਨ ਕੀਤਾ ਜਾਵੇਗਾ, ਜਿੱਥੇ 11,000 ਰੁਪਇਆ ਤੇਜ਼ੀ ਨਿਜ਼ਾਮਪੁਰ ਰੈਫਰੀ, ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਜਗਰਾਜ ਸਿੰਘ USA ਵੱਲੋਂ 1,000 ਰੁਪਈਏ ਦਾ ਇਨਾਮ ਦਿੱਤਾ ਗਿਆ। ਦੁੱਕੀ ਭਿੰਡਰ ਜੀ ਉਹਨਾਂ ਨੂੰ, ਜਗਰਾਜ ਸਿੰਘ ਜੀ ਦੁੱਕੀ ਭਿੰਡਰ ਜੀ ਰੈਫਰੀ ਸਾਹਿਬਾਨ, ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਜਗਰਾਜ ਸਿੰਘ ਜੀ USA ਵੱਲੋਂ 1,000 ਰੁਪਈਏ ਦਾ ਇਨਾਮ ਦਿੱਤਾ ਗਿਆ। ਧੰਨਵਾਦ ਜੀ ਬਹੁਤ ਬਹੁਤ। ਕਮੇਟੀ ਵੱਲੋਂ ਸਨਮਾਨ ਚਿੰਨ ਦਿੱਤਾ ਜਾਂਦਾ ਜੀ। ਪਲੀਜ਼ ਬੇਨਤੀ ਹੈ ਵੀਰੇ, ਸਾਰੇ ਇੱਕ ਸਾਈਡ ਤੇ ਹੋ ਜਾਓ, ਦਰਸ਼ਕਾਂ ਨੂੰ ਮੈਚ ਦੇਖਣ ਦਾ ਇੱਕ ਡੱਕੇ ਦਾ ਆਨੰਦ ਨਹੀਂ ਆਉਂਦਾ। ਪਲੀਜ਼ ਹੁਣ ਸਾਰੇ ਤੁਸੀਂ ਸਨਮਾਨ ਵੀ ਦੇ ਲਏ ਤੇ ਜੇ ਇੱਕ ਸਾਈਡ ਤੇ ਹੋ ਜਾਣਾ, ਜਮੇ ਸਲਾਹ ਰਾਜੇ। 75 ਕਿਲੋ ਦਾ ਫਾਈਨਲ ਮੈਚ ਚੱਲਦਾ, ਅਗਲੇ ਮੈਚ ਵੀ ਬਹੁਤ ਸੋਹਣੇ ਹੋਣੇ ਜੀ। ਕਰਾ ਲਓ ਸ਼ੁਰੂ, ਜਿਹੜੇ ਹੈਗੇ ਆ ਮੇਜਰ ਮਿਰਗ, ਇਹ ਵੀ ਕਬੱਡੀ ਦਾ ਖੁਸ਼ੀ ਆ, ਜਿਵੇਂ ਓਪਨ ਦੇ ਵਿੱਚ, ਆਲ ਓਪਨ ਦੇ ਵਿੱਚ ਅਕੈਡਮੀਆਂ 'ਚ ਦਿੜਵੇ ਵਾਲੇ ਖੁਸ਼ੀ ਦਾ ਨਾਂ, ਉਵੇਂ 75 ਕਿਲੋ ਭਾਰ ਵਰਗ ਦੇ ਵਿੱਚ ਜਿਹੜਾ ਮੇਜਰ ਮਿਰਗ ਦੇ ਵੀ ਦੁਨੀਆ ਜਿਹੜੀ ਫੈਨ ਹੈ। ਨਾਲ ਹੀ ਕਹਿੰਦੇ 2017 ਦੇ ਕਬੱਡੀ ਕੱਪ ਤੇ ਪਿਆਰੇ ਬੀਲੇ ਵਾਲੇ ਦਾ ਜਿਹੜਾ ਮਾਨ ਸਨਮਾਨ, ਸਨੀ ਆਸਟ੍ਰੇਲੀਆ, ਸਰਬੀ ਸਿੱਧੂ, ਜੀਨੂ ਰੰਧਾਵਾ, ਰਿੰਕੂ ਬੀਲਾ, ਮਿੰਟੂ ਸਰਪੰਚ, ਉਹਨਾਂ ਨੇ ਬੁਲਟ ਮੋਟਰਸਾਈਕਲ ਦੇ ਨਾਲ ਕਰਨਾ 2017 ਦੇ ਵਿੱਚ। ਬੀਲੇ ਵਾਲੇ ਪਿਆਰੇ ਦਾ ਮੈਚ ਸ਼ੁਰੂ ਕਰ ਦਿਓ ਜੀ, ਪਲੀਜ਼ ਬੇਨਤੀ ਹੈ, ਮੈਚ ਸ਼ੁਰੂ ਕਰ ਦਿਓ। ਜੋਧਾ ਨੱਥੋਵਾਲੀਆ ਦੇ ਪਿਰਤਾ ਨੱਥੋਵਾਲੀਆ, ਉਹ ਗੇਟ ਤੇ ਚਲੇ ਜਾਣ। ਪਲੀਜ਼ ਬੇਨਤੀ ਹੈ ਜੀ, ਮੈਚ ਜਿਹੜਾ ਜਲਦੀ ਸ਼ੁਰੂ ਕਰਾ ਦਿਓ। ਨਾਲ ਹੀ ਬੇਨਤੀ ਹੈ, ਕਿਉਂਕਿ ਵਰਸੀ ਚ ਬਰੜ ਵਾਲ ਕੇ ਸੁਖੀ ਰਹਿਣ ਲਈ ਥੋੜਾ ਬਹੁਤ ਹਿਸਾਬ ਨਾ ਚੱਲੀ ਦਾ,
ਨਾਢ ਗਿਆਰਾਂ ਜਿਨ੍ਹਾਂ ਨੇ ਤੇਰਾ ਖਰਚਾ ਕੱਲੀ ਦਾ, ਕਹਿੰਦੇ ਵੀ ਬੈਸਟ ਵੇਟਰ ਤੇ ਜਾਫੀ ਨੂੰ ਦਿੱਤੇ ਜਾਣੇ ਆ। ਲਓ ਉਸ ਵੇਲੇ 75 ਕਿਲੋ ਭਾਰ ਦਾ ਮੇਰੇ ਵੀਰੋ ਫਾਈਨਲ ਜਿਹੜਾ ਸ਼ੁਰੂ ਹੋਣ ਲੱਗਿਆ। ਉਧਰਲੇ ਪਾਸੇ ਚਨੇਰ ਦਾ ਮੁਕਾਬਲਾ, ਜਿਹੜਾ ਚਨੇਰ ਦਾ ਮੁਕਾਬਲਾ ਰਾਏਕੋਟ ਦੇ ਨਾਲ ਸ਼ੁਰੂ ਹੋਣ ਜਾ ਰਿਹਾ ਹੈ। ਔਰ ਇੱਕ ਪਾਸੇ ਚਨੇਰ ਔਰ ਦੂਸਰੇ ਪਾਸੇ ਰਾਏਕੋਟ, ਇਹਨਾਂ ਦਾ ਫਾਈਨਲ ਮੈਚ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ ਕਬੱਡੀ 75 ਕਿਲੋ ਵਰਗ ਦਾ। ਰਾਏਕੋਟ ਵਰਸੀ ਚਨੇਰ ਦਾ ਜਿਹੜਾ ਮੈਚ ਮੇਰੇ ਵੀਰੋ ਸ਼ੁਰੂ ਹੋਣ ਲੱਗੇ, ਬੇਨਤੀ ਹੈ ਕਿਰਪਾ ਕਰਕੇ ਮੈਚ ਸ਼ੁਰੂ ਕਰ ਦਿਓ ਜੀ। ਔਰ ਰਿੰਕੂ ਬੀਲਾ ਜੀ ਉਹਦੇ ਭਾਈ ਸਾਹਿਬ ਨੇ ਰਸ ਲੱਖਾ ਜੀ ਕਹਿੰਦੇ ਨੇ ਛੋਟਾ ਭਰਾ, ਕਹਿੰਦਾ ਵੀ ਲੱਖੇ ਦੀਆਂ ਖੇਡਾਂ ਨੇ ਜਿਹੜੀਆਂ 5, 6 ਤੇ 7 ਫਰਵਰੀ ਨੂੰ ਹੁਮ ਹਮਾ ਕੇ ਸਾਰੇ ਵੀਰਾਂ ਨੇ ਪੁੱਜਣਾ। ਹਾਂਜੀ ਮੈਚ ਸ਼ੁਰੂ ਕਰਾ ਦਿਓ ਪਲੀਜ਼। ਲਓ ਇਸ ਵੇਲੇ ਹਰੀਸ਼ ਖੇੜਾ, ਅੰਤਰਰਾਸ਼ਟਰੀ ਕਬੱਡੀ ਕੋਚ ਹਰੀਸ਼ ਖੇੜਾ ਜੀ, ਉਹ ਆਪਣਾ ਮਾਣ ਸਨਮਾਨ ਪ੍ਰਾਪਤ ਕਰਨ, ਉਹ ਆਪਣਾ ਮਾਣ ਸਨਮਾਨ ਪ੍ਰਾਪਤ ਕਰਨ। ਰਾਏਕੋਟ ਦੀ ਟੀਮ ਮੇਰੇ ਵੀਰੋ ਸਟੇਜ ਦੇ ਇਧਰਲੇ ਪਾਸੇ ਹੈ ਤੇ ਦੂਜੇ ਪਾਸੇ ਬਹੁਤ ਹੀ ਸਤਿਕਾਰ ਦੇ ਯੋਗ ਆ ਵੱਡਾ ਵੀਰ ਕਮਿੱਕਰ ਔਗੜ ਜੀ, ਸੁੱਖਾ ਘੁੱਗਸ਼ੋਰ ਉਹਨਾਂ ਦਾ ਵੀ ਧੰਨਵਾਦ ਕਰਦੇ ਹੈ। ਕਮਿੱਕਰ ਔਗੜ ਜੀ ਆਪਣਾ ਜਿਹੜਾ ਮਾਣ ਸਨਮਾਨ ਪ੍ਰਾਪਤ ਕਰਨ। ਹਰੀਸ਼ ਖੇੜਾ ਜੀ ਲੁਧਿਆਣੇ ਵਾਲੇ, ਹਰੀਸ਼ ਖੇੜਾ ਜੀ ਅੰਤਰਰਾਸ਼ਟਰੀ ਕਬੱਡੀ ਕੋਚ, ਉਹਨਾਂ ਦਾ ਜਿਹੜਾ ਮਾਣ ਸਨਮਾਨ ਕੀਤਾ ਜਾ ਰਿਹਾ ਹੈ। ਹਰੀਸ਼ ਖੇੜਾ ਜੀ ਲੁਧਿਆਣਾ, ਬਹੁਤ ਸੋਹਣੇ। ਲਓ ਇਧਰਲੇ ਪਾਸੇ ਆ ਨਾਉਨ ਹਮੀਦੀ ਪਿੰਡ ਦਾ ਵੀਰਿਓ, ਜਿੱਥੋਂ ਦਾ ਦਵਿੰਦਰ ਸਿੰਘ ਕਾਲਾ ਹਮੀਦੀ ਵਾਲਾ, ਕਹਿੰਦੇ ਕਾਬਲ ਗਿੱਲ ਮਾਣੂਕਿਆਂ ਵਾਲੇ ਦੇ ਸੱਦੇ ਤੇ ਉਹ ਵੀ ਅਮਰੀਕਾ ਦੇ ਵਿੱਚ ਜਾ ਵਸੇ ਹੈ, ਉਸ ਪਿੰਡ ਦਾ ਇਹ ਨਾਉਨ ਹਮੀਦੀ ਵਾਲਾ ਮੇਰੇ ਵੀਰਿਓ ਸੇਵਕ ਸਿੰਘ ਪਾ ਕੇ ਕਬੱਡੀ ਵਾਪਸ ਪਰਤਦਾ ਹੋਇਆ ਹੈ। ਆ ਨਾਉਨ ਦਾ ਨਾਂ ਕਾਲੂ ਹੈ ਮੇਰੇ ਵੀਰਿਓ, ਰਾਏਕੋਟ ਪਿੰਡ ਹੈ ਜਿੱਥੋਂ ਦੇ ਹੈਪੀ ਹੋਰਾਂ ਦੇ ਇੰਨੇ ਹੋਰਾਂ ਦੇ ਚਰਚੇ।